ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ, ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਹੋਇਆ, ਇਹੋ ਜਿਹਾ ਬੈਂਚ ਸੀ, ਇਹੋ ਜਿਹਾ ਮੇਜ਼ ਹੁੰਦਾ, ਲੱਤਾਂ ਬੰਨ ਲਈਆਂ, ਹੱਥ ਬੰਨ ਲਏ, ਹੱਥਾਂ ਜਿਹਾ ਡਾਂਗ ਪਸਾਲੀ ਨੰਗਾ ਕਰ ਲਿਆ, ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ, ਜੋ ਕੁਛ ਮੇਰੇ ਨਾਲ ਹੋਇਆ ਉਹ ਤਸਾਦਤ, ਮੈਂ ਕਹਿੰਦਾ ਕਿਸੇ ਨਾ ਹੀ ਹੋਈ। ਫਿਰ ਕਹਿੰਦੇ ਕਸਰ ਰਹਿ ਗਈ, ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ, ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ, ਮੈਂ ਇਕੱਲੇ ਇਕੱਲੇ ਜਾ ਕੇ ਮੁੱਢ ਦਸ ਧਰ ਦੂੰ ਵੀ ਆਹ ਸੀਗਾ, ਇਹਨੇ ਐਵੇਂ ਮੈਨੂੰ ਨੰਗਾ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ। ਮੁੱਖ ਮੰਤਰੀ ਤੋਂ ਮਾਫੀ ਮੰਗ, ਲੜਾਈ ਕੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ, ਸਰਕਾਰ ਦੇ ਖਿਲਾਫ ਨਹੀਂ ਬੋਲਣਾ, ਦਿੱਲੀ ਵਾਲੇ ਜੋ ਰਾਘਵ ਚੱਡਾਂ ਦੇ ਖਿਲਾਫ ਤੂੰ ਬੋਲਦਾ, ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ, ਉਹ ਤਾਂ ਨਹੀਂ ਬੋਲਣਾ। ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ, ਭਾਨਾ ਸਿੱਧੂ ਕਦੇ ਵਿਕੂਗਾ ਨਹੀਂ, ਕਦੇ ਝੁਕੂਗਾ ਨਹੀਂ। ਚੈਨੀ ਚੋਰ ਬਣਾਤਾ ਮੈਨੂੰ 379 ਵੀ ਲਾਤੀ, ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ। ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ। ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਬੋਲਿਆ, ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੇਰੇ ਨਾਲ ਕੁਛ ਵੀ ਇਹ ਬੰਦਾ ਕਰਵਾ ਸਕਦਾ, ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ। ਇੱਥੇ ਤੱਕ ਸਿਆਸਤ ਦੀ ਪਿਆ, ਮੇਰੀ ਜੇ ਮੌਤ ਹੁੰਦੀ ਹੈ, ਮੇਰੀ ਮੌਤ ਦਾ ਜ਼ਿੰਮੇਵਾਰ ਸਰਕਾਰ ਨੂੰ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ, ਮੈਂ ਹਾਜ਼ਰ ਨਾਜ਼ਰ ਰੱਖ ਕੇ ਉਸ ਨੂੰ ਕਹਿਣਾ ਮੈਂ ਨਿਤਨੇਮ ਦਾ ਧਾਰਨੀ ਹੈ। ਕਹਿੰਦਾ ਦੋਨੇ ਜਿਹੜੀਆਂ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ, ਘਟਨਾਵਾਂ ਕਿਸੇ ਨੇ ਕਰੀਆਂ, ਅੱਗ ਕਿਤੇ ਲੱਗੀ ਪਈ ਆ, ਘਟਨਾਵਾਂ ਹੋਰ ਕਿਤੇ ਵਾਪਰੀ ਪਈ ਆ, ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤੇਰਾ ਨਾਂ ਪਾ ਸਕਦੇ ਆ, ਇਹੋ ਜਿਹਾ ਕੁਛ ਕਰਨਗੇ। ਮੈਂ ਕੋਈ ਗੱਲ ਕਹਿਣਾ ਚਾਹੁੰਦਾ ਭਗਵੰਤ ਮਾਨ ਨੂੰ, ਤੈਨੂੰ ਭਗਤ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ ਹੈ। ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ, 8 ਵਜੇ ਤੋਂ ਬਾਅਦ ਜੋ ਤੂੰ ਕੁਛ ਕਰਦਾ ਸ਼ਰਾਬ ਪੀ ਕੇ, ਉਹ ਤੇਰੇ ਵਰਗਾ ਕੋਈ ਸਿਆਸਤ ਗਰੀਬ ਕੋਈ ਸਿਆਸਤ ਨਹੀਂ ਕਰਦਾ। ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੇ, ਜਿਹੜੀ ਗੱਲ ਜਿਹੜੀ ਰੇੜਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ, ਜਿਹੜੇ ਕਹਿੰਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ, ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂਗੇ ਜੇ ਅਸੀਂ ਦੋਸ਼ੀ ਹੋਵਾਂਗੇ। ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਅਕਾਲ ਪੁਰਖ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਜਿਹਦੀ ਕਿਰਪਾ ਸਦਕਾ ਇੱਥੇ ਆਇਆ, ਅਤੇ ਸਿੱਖ ਜਥੇਬੰਦੀਆਂ ਦਾ ਇਹ ਬਹੁਤ ਵੱਡਾ ਸਹਿਯੋਗ ਰਿਹਾ, ਅਤੇ NRI ਭਰਾਵਾਂ ਦਾ ਉੱਥੋਂ ਵੀ ਮੈਨੂੰ ਸਾਰੇ ਗੱਡੀ 'ਚ ਗੱਲਾਂ ਦੱਸੀਆਂ ਵੀ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਲੋਕ ਵੱਸਦੇ ਨੇ ਉਹਨਾਂ ਦਾ ਧੰਨਵਾਦ, ਮਾਵਾਂ ਭੈਣਾਂ ਦਾ, ਇਕੱਲੇ ਇਕੱਲੇ ਦਾ, ਮੇਰੇ ਲੋਕਾਂ ਦਾ, ਉਸ ਪੰਜਾਬ ਦੇ ਲੋਕਾਂ ਦੇ ਅੱਗੇ ਮੇਰਾ ਸਿਰ ਝੁਕਦਾ। ਸਿਆਸੀ ਬੰਦਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਿੱਚ, ਉਹਨਾਂ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜਿਹੜੀ ਮੇਰੇ ਹੱਕ ਦੇ ਵਿੱਚ ਗੱਲ ਕਰੀ ਹੈ, ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਜੋ ਮੇਰੀ ਹੱਡ ਬੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਜੇ ਇਹ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨੇ ਵੀ ਐਵੇਂ ਸਰਕਾਰਾਂ ਦੇ ਖਿਲਾਫ਼ ਬੋਲਣਾ ਬੰਦ ਕਰ ਦੇਣਾ, ਕਿਸੇ ਨੌਜਵਾਨ ਦਾ, ਕਿਉਂਕਿ ਸਰਕਾਰਾਂ ਨੇ ਲੀਡਰਾਂ ਨੇ ਡਰ ਹੀ ਐਵੇਂ ਪੈਦਾ ਕਰ ਦੇਣਾ, ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ, ਕੋਈ ਵੀ ਲੋਕ ਨਹੀਂ ਬੋਲੂਗਾ। ਚਲੋ ਸਾਡੇ ਆਗੂਆਂ ਦੀ ਤਾਂ ਉਮਰਾਂ ਲੰਘ ਗਈਆਂ, ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ, ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਦੇ ਖੜੀ ਹੈ, ਨੌਜਵਾਨ ਡਰਨਗੇ, ਪੰਜਾਬ ਦੇ ਲੋਕ ਡਰਨਗੇ, ਜੋ ਕੁਛ ਹੋਇਆ ਇਹ ਹੋਇਆ ਕੀ ਹੈ, ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ, ਜਿਹੜੀ ਇਹ ਸਰਕਾਰ ਹੈ, ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ਼ ਬੋਲਦੇ ਹਾਂ, ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ, ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ, ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ, ਗੱਪ ਮਾਰਦੇ ਨੇਗੇ, ਇਸ ਤੋਂ ਬਾਅਦ ਜਿਹੜੇ ਕੀਤੇ ਹੋਏ ਵਾਅਦੇ ਇੱਕ ਤਾਂ ਪੂਰਾ ਨਹੀਂ ਉਤਰਦੇ। ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਛ ਹੋਰ ਹੁੰਦੀ ਹੈ, ਬਾਅਦ 'ਚ ਕੁਛ ਹੋਰ ਹੁੰਦੀ ਹੈ। ਅਸੀਂ ਬਾਦਲਾਂ ਨੂੰ ਵੀ ਘੇਰਿਆ, ਕਾਂਗਰਸ ਨੂੰ ਵੀ ਮੈਂ ਘੇਰਿਆ, ਅਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ, ਅਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ, ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ। ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ, ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਜਿਹੇ ਥੋੜ੍ਹੀ ਹੋਰ ਲੈ ਕੇ ਜਾਂਦਾ ਗੱਲ, ਜਿਹੜੀ ਮੌਜੂਦਾ ਸਰਕਾਰ ਆ, ਜਿਹੜੀ ਬਦਲਾਅ ਵਾਲੀ ਸਰਕਾਰ ਆ, ਮੈਂ ਤੁਹਾਨੂੰ ਇਹਦੀ ਗੱਲ ਦੱਸਦਾ। ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਉਣਾ, 2014 ਦੇ ਵਿੱਚ ਜਦੋਂ ਇਹ ਆਈ ਸਰਕਾਰ, ਜਦੋਂ ਇਹ ਪਾਰਟੀ ਆਈ, ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲ੍ਹਣ ਵਾਲਾ ਪਹਿਲਾ ਬੰਦਾ ਸੀਗਾ ਸੀ, ਜਿਹੜੇ 10-12 ਬੰਦੇ ਸੀ, ਮੈਂ ਉਹਨਾਂ ਨੂੰ ਨਾਂ ਵੀ ਲੈ ਦੂੰ ਆਮ ਆਦਮੀ ਪਾਰਟੀ ਦਾ। ਇੱਕ ਸੀਗੇ ਆਪਣੇ ਨਰਿੰਦਰ ਬਿੱਟਾ, ਇੱਕ ਕਾਲੇ ਕਾ ਤੁਸੀਂ ਸੁਰਿੰਦਰ ਸਿੰਧੀ ਅਤੇ ਮਾਸਟਰ ਜੀ ਸੀ, 2-4 ਅਸੀਂ ਇਹਨਾਂ ਨੇ ਮਿਲ ਕੇ ਅਸੀਂ ਸਭ ਤੋਂ ਪਹਿਲਾਂ ਕਚਹਿਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ। 2014 ਦੇ ਵਿੱਚ ਮੇਰਾ ਪਿੰਡ ਆ, ਇੱਥੇ ਮੇਰਾ ਪਿੰਡ ਗਵਾਹ ਖੜ੍ਹਾ,
2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ, ਮੈਂ ਉਹਦੇ ਪਿੰਡ ਦੇ ਵਿੱਚ, ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਵਿਰੋਧ ਕਰਿਆ, ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ। ਮੇਰੀ ਸੋਚ ਕੀ ਸੀਗੀ? ਮੇਰੀ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ, ਮੈਨੂੰ ਅਸੀਂ ਬਦਲਾਅ ਆਵੇ ਯਾਰ ਕੁਛ, ਵੀ ਸਾਡੀ ਰਾਜਨੀਤੀ ਬਦਲੇ, ਸਾਡੀ ਜੋ ਝੂਠ ਬੋਲਦੇ ਨੇ, ਜੋ ਤੂਫਾਨ ਬੋਲਦੇ ਨੇ, ਵੀ ਸਾਡੀ ਕੋਈ ਸਿਸਟਮ ਬਦਲੇ, ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ। ਇੱਥੋਂ 20 ਕਿਲੋਮੀਟਰ ਦੂਰ ਆ ਭਗਵੰਤ ਮਾਨ ਦਾ ਸਤੌਜ ਮੇਰੇ ਪਿੰਡ ਤੋਂ, ਇੱਕੋ ਹੀ ਅਸੀਂ ਪੌਣ ਪਾਣੀ ਦੇ ਅਸੀਂ ਵੇਲੇ ਪਲੇ ਹੋਏ ਹਾਂ। ਪਰ ਗੱਲ ਇਹ ਹੋਈ ਵੀਰੋ, ਜੇ ਅੱਜ ਮੈਂ ਇਹਦੇ ਮੈਨੂੰ ਇੱਕ ਵੀ ਚੀਜ਼ ਦਿਖਾ ਦਿਉ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਇਹਦੇ ਮੈਂ ਨਿੱਜੀ ਖਿਲਾਫ਼ ਬੋਲਿਆ ਹੋਵਾਂ ਸੀਐਮ ਦੇ, ਪਰ ਮੇਰੀਆਂ ਭੈਣਾਂ 'ਤੇ 307 ਦਾ ਪਰਚਾ ਪਾਇਆ। ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ 'ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ, 21 ਪਰਚੇ। ਤੁਸੀਂ ਇੱਕ ਚੀਜ਼ ਹੋਰ ਦੇਖੋ ਬਾਈ, ਇੱਥੇ ਜਿਹੜੀ ਕੱਲ੍ਹ ਗੱਲ ਬਚਣ ਵਾਲੀ ਹੈ, ਇਹੋ ਜਿਹੇ ਨੌਜਵਾਨ ਸਾਡੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਵਿੱਚ ਬੈਠੇ ਨੇਗੇ, ਕਿਸੇ 45 ਕਰੋੜ ਰੁਪਇਆ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੋਅ ਕਰਤਾ ਪਾਕਿਸਤਾਨ ਦਾ, ਕਿਹੜਾ ਨੌਜਵਾਨ 45 ਕਰੋੜ ਰੁਪਇਆ ਪਵਾ ਲੂਗਾ ਜੀ? ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ, ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ। ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ, ਕਿਸਾਨ ਜਥੇਬੰਦੀ ਦੀ ਤਾਕਤ ਦੇ ਨਾਲ ਬਾਹਰ ਆਇਆ, ਨਹੀਂ ਮੈਂ ਬਾਹਰ ਨਹੀਂ ਸੀ ਆ ਸਕਦਾ। ਮੇਰੇ 'ਤੇ ਕਿਹੜਾ ਜਿਹੜੇ ਪਰਚੇ ਕਿਹੋ ਜਿਹੀ ਧਾਰਾ ਲਾ ਨਹੀਂ ਸਕਦੇ ਮੇਰੇ ਦੇ ਉੱਪਰ, ਮੇਰੇ ਖਾਤੇ ਦੇ ਵਿੱਚ, ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ, ਮੇਰੇ ਖਾਤੇ ਦੇ ਵਿੱਚ ਪੈਸੇ ਪਾ ਕੇ ਕਹਿੰਦੇ ਵਿਦੇਸ਼ੀ ਫੰਡ ਆ ਜੀ, ਜਿਹੜਾ ਮਰਜ਼ੀ ਪਰਚਾ ਪਾ ਲਓ ਜੀ। 379 ਵੀ ਜਿਹੜੀ ਮੇਰੇ 'ਤੇ ਲੱਗੀ ਹੈ, ਜਿਹੜਾ ਮੈਨੂੰ ਚੈਨੀ ਚੋਰ ਬਣਾਇਆ, ਮੈਨੂੰ ਇਹ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜੇ ਮੇਰੇ 'ਤੇ ਪਰਚਾ ਕਰਾਉਣ ਵਾਲਾ। ਮੈਨੂੰ ਇਹ ਨਹੀਂ ਪਤਾ ਜੇ ਮੈਂ ਆਹ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ 'ਤੇ ਲੜਦਾ ਹਾਂ, ਸਾਡੇ ਆਗੂ ਸਾਹਿਬਾਨ ਬੈਠੇ ਨੇਗੇ, ਇਹਨਾਂ ਨੂੰ ਪੁੱਛ ਲਓ, 1 ਸਾਲ ਅਸੀਂ ਦਿੱਲੀ ਦੇ ਬਾਰਡਰਾਂ ਦੇ, 1.5 ਸਾਲ ਮੈਂ ਇਹਨਾਂ ਦਾ ਉੱਥੇ ਬੈਠਾ ਰਿਹਾ। ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ, 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਹੈ, ਅੱਜ ਉਹ ਦੁਨੀਆਂ ਤੋਂ ਚਲੇ ਗਏ। ਪੰਜਾਬ ਕਿਸਾਨ ਯੂਨੀਅਨ ਹੁੰਦੀ, ਲੱਖੋਵਾਲ ਯੂਨੀਅਨ ਹੁੰਦੀ, ਕਾਦੀਆਂ ਯੂਨੀਅਨ ਹੁੰਦੀ, ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ ਪੰਜਾਬ ਦੇ, ਮੀਤ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ, ਮੈਂ ਉਸਦਾ ਪੁੱਤ ਹੈ। ਪਰ ਜਿਹੜੀ ਮੇਰੇ ਨਾਲ ਤਸਾਦਤ ਹੋਈ, ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ, ਉਹ ਕੀ ਹੋਈ ਦੇਖੋ, ਇੱਥੋਂ ਤੱਕ ਜਿਹੜੀ ਸੀਐਮ ਦੀ ਸਿਆਸਤ ਗਿਰ ਗਈ। ਮੈਨੂੰ ਇੱਥੋਂ ਬਰਨਾਲਾ, ਇੱਥੋਂ SHO ਆਉਂਦਾ ਧਨੌਲੇ ਵਾਲਾ, ਕਹਿੰਦਾ ਵੀ ਐਂ ਕਰਕੇ ਤੈਨੂੰ ਖਤਰਾ, ਤੇਰੇ 'ਤੇ ਕੋਈ ਹਮਲਾ ਹੋਣ ਵਾਲਾ, ਹਮਲਾ ਹੋਣ ਨੂੰ ਦੱਸ ਮੈਂ ਕਿੱਧਰੋਂ ਕੋਈ ਅੱਤਵਾਦੀ ਹੈ। ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ, ਲੈ ਕੇ ਅੱਗੇ ਮੈਨੂੰ ਕੀ ਧਨੌਲਾ ਥਾਣੇ ਦੇ ਵਿੱਚ ਲਿਜਾ ਕੇ ਬਿਠਾ ਲੈਂਦੇ ਨੇ। ਲੱਖਾ ਬਾਈ ਉੱਥੇ ਆਉਂਦਾ, ਲੱਖਾ ਬਾਈ DSP ਨਾਲ ਗੱਲ ਕਰਦਾ, ਸਾਰਿਆਂ ਨਾਲ ਗੱਲ ਕਰਦਾ, ਪੁੱਛਦਾ ਵੀ ਕਿਉਂ ਭਾਨੇ ਨੂੰ ਬਿਠਾਇਆ, ਉਹ ਕਹਿੰਦੇ ਜੀ ਬੱਸ ਅਸੀਂ ਇਹਨੂੰ ਤੋੜ ਦਿੰਦੇ, ਇਹਨੂੰ ਖਤਰਾ। ਆਹੀ ਗੱਲ ਹੋਈ ਆ ਨਾ ਬਾਈ ਉੱਥੇ, ਸਿਕਿਉਰਿਟੀ ਦੇਣੀ ਇਹੋ ਜਿਹੀਆਂ ਗੱਲਾਂ ਹੋਈਆਂ। ਇਸ ਤੋਂ ਬਾਅਦ ਲੱਖਾ ਬਾਈ ਨੇ ਪ੍ਰੋਗਰਾਮ 'ਤੇ ਜਾਣਾ ਸੀ, ਉਹ ਚਲਿਆ ਗਿਆ। ਇਸ ਤੋਂ ਬਾਅਦ 'ਚ ਕੀ ਹੁੰਦਾ, CI ਆਉਂਦੀ ਆ, ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ, CI ਸਟਾਫ ਆਉਂਦੀ ਆ, ਉੱਥੋਂ ਵਾਲੇ ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ, ਜਾ ਕੇ ਮੇਰੀ 7 ਨੰਬਰ 'ਚ ਅਰੈਸਟ ਪਾ ਲੈਂਦੇ ਨੇ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ, ਜੱਜ ਸਾਹਿਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ CI ਦੇ ਵਿੱਚ ਰੱਖਿਆ ਜਾਂਦਾ। CI ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ, ਜੋ ਮੇਰੇ 'ਤੇ ਨੱਕ ਦੇ ਉੱਪਰ ਪਾਣੀ ਛੱਡ ਕੇ, ਜੋ ਮੇਰੇ 'ਤੇ ਸਾਦ ਹੋਇਆ, ਇਹੋ ਜਿਹਾ ਬੈਂਚ ਸੀ, ਇਹੋ ਜਿਹਾ ਮੇਜ਼ ਹੁੰਦਾ, ਲੱਤਾਂ ਬੰਨ ਲਈਆਂ, ਹੱਥ ਬੰਨ ਵਾਲੇ ਹੱਥਾਂ ਜਿਹਾ ਡਾਂਗ ਪਸਾਲੀ ਨੰਗਾ ਕਰ ਲਿਆ, ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ, ਜੋ ਕੁਛ ਮੇਰੇ ਨਾਲ ਹੋਇਆ, ਉਹ ਤਸਾਦਤ ਮੈਂ ਕਹਿੰਦਾ ਕਿਸੇ 'ਤੇ ਨਾ ਹੀ ਹੋਵੇ। ਫਿਰ ਉਹ ਤਸਾਦਤ ਪੂਰਾ ਕੀਤਾ ਗਿਆ, ਫਿਰ ਇਸ ਤੋਂ ਬਾਅਦ ਕੀ ਹੋਇਆ, ਫਿਰ ਕਹਿੰਦੇ ਕਸਰ ਰਹਿ ਗਈ, ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ। ਇਸ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ, ਇਹ ਪੋਲੀਟੀਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ, ਮੈਂ ਉੱਥੇ ਲੁਧਿਆਣੇ CI ਦੇ ਵਿੱਚ ਲਿਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ ਆਹ ਕੁਛ, ਮਤਲਬ ਸਬੂਤ, ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ। ਫਿਰ ਤੜਕੇ ਫਿਰ ਕੱਪੜੇ ਲਹਾ ਲਏ, ਫਿਰ ਮੁੱਖ ਮੰਤਰੀ ਤੋਂ ਮਾਫ਼ੀ ਮੰਗ, ਲੜਾਈ ਕੀ ਵੀ ਤੈਂ, ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ਼ ਨਹੀਂ ਬੋਲਣਾ, ਸਰਕਾਰ ਦੇ ਖਿਲਾਫ਼ ਨਹੀਂ ਬੋਲਣਾ, ਦਿੱਲੀ ਵਾਲੇ ਜੋ ਰਾਘਵ ਚੱਡਾਂ ਦੇ ਖਿਲਾਫ਼ ਤੂੰ ਬੋਲਦਾ, ਦਿੱਲੀ ਦੀ ਰਾਜਨੀਤੀ ਦੇ ਖਿਲਾਫ਼ ਬੋਲਦਾ, ਉਹ ਤਾਂ ਨਹੀਂ ਬੋਲਣਾ। ਇੱਥੋਂ ਤੱਕ ਸਿਆਸਤ ਗਿਰ ਗਈ ਯਾਰ।
ਮੈਨੂੰ ਇੱਕ ਵੀ ਚੀਜ਼ ਦੱਸ ਦਿਓ ਵੀ ਮੈਂ ਮਾੜਾ ਕੀ ਕਰਤਾ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ, ਮੈਂ ਮਾੜਾ ਕੀ ਕਰਤਾ? ਮੈਂ ਕਹਿਣਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆਹ ਜਿਹੜੀ ਏਜੰਟਾਂ ਵਾਲੀ ਲੜਾਈ ਉਹਨਾਂ ਨੇ ਮੋਹਰਾ ਬਣਾਇਆ, ਇਹ ਲੜਾਈ ਨਹੀਂ। ਪੰਜਾਬ ਦੀ ਹਰ ਇੱਕ ਮੁੱਦੇ 'ਤੇ ਮੈਂ ਲੜਦਾ ਹਾਂ। ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੈਠੇ ਨੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ? ਇੱਥੋਂ ਤੱਕ ਸਿਆਸਤ ਗਿਰ ਗਈ ਕਿ ਇੰਨਾ ਜਲੀਲ ਕੀਤਾ ਗਿਆ, ਮੁੱਖ ਮੰਤਰੀ ਤੋਂ ਮਾਫ਼ੀ ਮੰਗ, ਮੁੱਖ ਮੰਤਰੀ ਤੋਂ ਮਾਫ਼ੀ ਮੰਗ। ਮੈਂ ਕੋਈ ਗੱਲ ਕਹਿਣਾ ਚਾਹੁੰਦਾ ਭਗਵੰਤ ਮਾਨ ਨੂੰ, ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਹੈ। ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ, 8 ਵਜੇ ਤੋਂ ਬਾਅਦ ਜੋ ਤੂੰ ਕੁਛ ਕਰਦਾ ਸ਼ਰਾਬ ਪੀ ਕੇ, ਉਹ ਤੇਰੇ ਵਰਗਾ ਕੋਈ ਸਿਆਸਤ ਗਰੀਬ ਕੋਈ ਸਿਆਸਤ ਨਹੀਂ ਕਰ। ਮੈਨੂੰ ਇੱਕ ਵੀ ਗੱਲ ਦੱਸੇ, ਮੇਰੇ ਨਾਲ ਸੀਐਮ ਬੈਠੇ ਬਰਾਬਰ, ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਵੇ। ਅਸੀਂ ਅੱਜ ਤੱਕ, ਮੈਨੂੰ ਇੱਕ ਗੱਲ ਦੱਸੋ, ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ਼ ਬੋਲਿਆ, ਇੱਦੂ ਸਿਆਸਤ ਹੋਰ ਕਿਹੜੀ ਡਿੱਗੂ? ਹੋਰ ਤਾਂ ਇਹਨਾਂ ਨੇ ਤਾਂ ਕਿਸੇ ਨੇ ਇਹੋ ਜਿਹਾ ਤਾਂ ਕਿਸੇ ਨੇ ਨਹੀਂ ਹਾਲਾਤ ਕੀਤੇ ਜੋ ਇਹਨੇ ਕੀਤੇ ਨੇਗੇ ਮੇਰੇ ਨਾਲ। ਤੈਨੂੰ ਉੱਥੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਂ ਪਤਾ ਮਾੜਾ? ਮੈਂ ਇਕੱਲੇ ਇਕੱਲੇ ਜਾ ਕੇ ਮੁੱਢ ਦੱਸ ਧਰ ਦੂੰ ਵੀ ਆਹ ਸੀਗਾ, ਇਹਨੇ ਐਵੇਂ ਮੈਨੂੰ ਨੰਗਾ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ, ਦਿਓ ਮੇਰੀ ਗੱਲ ਦਾ ਜਵਾਬ। ਜੇ ਸਾਰਾ ਮੀਡੀਆ ਮੇਰੇ ਨਾਲ ਜਾਊ, ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ? ਜਿਹੜੀ ਅੱਜ ਮੈਂ ਗੱਲ ਬਿਵਾਕੀ ਨਾਲ ਬੋਲੀ ਹੈ, ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਅ 'ਤੇ ਲਾ ਕੇ ਬੋਲਿਆ। ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੇਰੇ ਨਾਲ ਕੁਛ ਵੀ ਇਹ ਬੰਦਾ ਕਰਵਾ ਸਕਦਾ, ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ। ਇੱਥੇ ਤੱਕ ਸਿਆਸਤ ਜਿਹੜੀ ਪਈ ਆ, ਮੇਰੀ ਜੇ ਮੌਤ ਹੁੰਦੀ ਹੈ, ਮੇਰੀ ਮੌਤ ਦਾ ਜ਼ਿੰਮੇਵਾਰ ਸਰਕਾਰ ਹੋਊ ਮੇਰੀ ਅੱਜ ਤੋਂ ਬਾਅਦ। ਕਿਉਂਕਿ ਪ੍ਰਧਾਨ ਸਾਹਿਬ, ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ। ਇੱਥੋਂ ਤੱਕ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਆ, ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ, ਕਹਿੰਦੇ ਤੇਰੇ ਤਾਂ 2 ਪਰਚੇ ਪਏ ਨੇਗੇ। ਇਹ ਗੱਲ ਜੇ ਮੈਂ ਨਾ ਅੱਜ ਲੋਕਾਂ ਨੂੰ ਦੱਸੀ ਨਾ, ਤਾਂ ਇਹ ਲੋਕਾਂ ਨੇ ਗੱਲ ਬੋਲਣੀ। 2 ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ, ਮੈਂ ਹਾਜ਼ਰ ਨਾਜ਼ਰ ਰੱਖ ਕੇ ਉਸ ਨੂੰ ਕਹਿਣਾ, ਮੈਂ ਨਿਤਨੇਮ ਦਾ ਧਾਰਨੀ ਹੈ। ਕਹਿੰਦਾ ਦੋਨੇ ਜਿਹੜੀਆਂ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ, ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ਼ ਬੋਲਾਂ, ਘਟਨਾਵਾਂ ਕਿਸੇ ਨੇ ਕਰੀਆਂ, ਅੱਗ ਕਿਤੇ ਲੱਗੀ ਪਈ ਆ, ਘਟਨਾਵਾਂ ਹੋਰ ਕਿਤੇ ਵਾਪਰੀ ਪਈ ਆ, ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਤੇਰਾ ਨਾਂ ਪਾ ਸਕਦੇ ਹਾਂ, ਇਹੋ ਜਿਹਾ ਕੁਛ ਕਰਨਗੇ? ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਹੈ ਨਾ, ਪੁਲਿਸ ਨੂੰ ਇੰਨਾ ਵਰਤਿਆ ਜਾਂਦਾ, ਪੁਲਿਸ ਯਾਰ ਕਰੇ ਤਾਂ ਕਰੇ ਕੀ, ਅਫਸਰ ਕਰਨ ਦਾ ਕਰਨ ਕੀ ਯਾਰ, ਅਫਸਰ ਕੀ ਕਰਨਾ, ਅਫਸਰਾਂ ਨੂੰ ਐਂ ਵਰਤਿਆ ਜਾਂਦਾ ਪੂਰਾ ਧਰ ਕੇ ਯਾਰ। ਸਿਆਸਤ ਕਿੱਧਰ ਨੂੰ ਜਾ ਰਹੀ ਹੈ, ਕਿੱਧਰ ਨੂੰ ਜਾ ਰਿਹਾ ਕੁਛ? ਮੈਨੂੰ ਇੱਕ ਵੀ ਗੱਲ ਦੱਸੋ, ਅਸੀਂ ਬੋਲ ਦਈਏ, ਸਾਡੇ ਮੁੱਦੇ ਕੀ ਨੇਗੇ? ਅਸੀਂ ਇਹ ਗੱਲ ਬੋਲਦੇ ਹਾਂ ਵੀ ਭਾਈ ਜੋ ਪਹਿਲਾਂ ਤਾਂ ਵਾਅਦੇ ਕੀਤੇ ਸੀ ਉਹ ਵਾਅਦੇ ਦਿਖਾ ਦੇ, ਸਾਨੂੰ ਪੂਰੇ ਕੀਤੇ, ਥਾਂ ਥਾਂ 'ਤੇ ਬੋਰਡ ਕਢਾ ਕੇ ਲਾਤੇ, ਜੋ ਗੱਲਾਂ ਕੀਤੀਆਂ ਸੀ ਪੰਜਾਬ ਦੇ ਲੋਕਾਂ ਦੇ ਨਾਲ, ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ। ਇਹ ਸਾਡੇ ਜਿਹੜੇ ਮੁੱਦੇ ਨੇ, ਅਸੀਂ ਰੋਜ਼ ਇਹ ਮੁੱਦਿਆਂ 'ਤੇ ਘੇਰਦੇ ਹਾਂ। ਦੂਜੀ ਗੱਲ ਪਤਾ ਕੀ ਹੈ, ਇਹ ਸਾਡੇ 'ਤੇ ਹੀ ਚੜ ਕੇ ਕਿਉਂ ਆ ਗਿਆ? ਦੇਖੋ, ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ, ਸਾਡੀ ਕਿਤੇ ਵੀ, ਮੈਂ ਗੱਲ ਕਹਿਣਾ ਚਾਹੁੰਦਾ, ਅੱਜ ਮੀਡੀਆ ਬੈਠਾ, ਨਗਰ ਖੜ੍ਹਾ, ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ। ਸਿਆਸਤਦਾਨ ਥਾਂ ਥਾਂ 'ਤੇ ਝੂਠੇ ਨੇਗੇ ਸਾਰਿਆਂ ਨੇ, ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇਗੇ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਈਆਂ ਨੇ, ਪੰਜਾਬ ਨੂੰ ਲੁੱਟ ਕੇ ਖਾ ਗਏ। ਉਹ ਬੰਦੇ ਨਹੀਂ ਇਹਦੇ ਮੂਹਰੇ ਬੋਲ ਸਕਦੇ। ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ, ਜਦੋਂ ਤੋਂ ਮੇਰੇ 'ਤੇ ਪਹਿਲਾਂ ਬਰਨਾਲੇ ਵਾਲਾ ਪਰਚਾ ਪਿਆ ਸੀ, ਮੈਂ ਉਦੋਂ ਗੱਲ ਕਹੀ ਸੀਗੀ ਵੀ ਤੇਰੇ ਨਾਲ ਚੱਲੇ ਹੋਏ ਕਾਰਤੂਸ ਨਹੀਂ ਖੇਡ ਸਕਦੇ, ਤੇਰੇ ਨਾਲ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਦੇ ਵਾਰਸ, ਉਹ ਤੇਰੇ ਨਾਲ ਜਿਹੜੀ ਤੈਨੂੰ ਜਵਾਬ ਦੇਣੇ ਕਿ ਤੂੰ ਉਹਨਾਂ ਦੇ ਨਾਲ ਆ ਕੇ ਡਿਬੇਟ ਕਰਕੇ ਦਿਖਾ, ਉਹਨਾਂ ਦੀ ਸਾਡੀ ਇਕੱਲੀ ਇਕੱਲੀ ਗੱਲ ਦਾ ਜਵਾਬ ਦੇ ਕੇ ਦਿਖਾ। ਉਹਨਾਂ ਨੂੰ ਇਹ ਕੱਖ ਗੋਲਦੇ ਨਹੀਂ ਪੰਜਾਬ ਦਾ ਸੀਐਮ, ਜਿਹੜੇ ਪਹਿਲਾਂ ਵਾਲੇ ਜਿਹੜੇ ਜਿੰਨੇ ਵੀ ਪੋਲੀਟੀਕਲ ਬੰਦੇ ਨੇ। ਮੈਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਇਹਨਾਂ ਜਥੇਬੰਦੀਆਂ ਦੇ ਮੈਂ ਗੱਲ ਕਹਿਣਾ ਚਾਹੁੰਦਾ ਆਗੂਆਂ ਦੇ ਉੱਪਰ। ਬਹੁਤ ਕਿੰਤੂ ਪਰੰਤੂ ਹੁੰਦੀ ਹੈ, ਕਿੰਤੂ ਪਰੰਤੂ ਕੌਣ ਕਰਨ ਵਾਲੇ ਕੌਣ ਨੇਗੇ? ਪੰਜਾਬ ਦੇ ਰਾਜਨੀਤਿਕ ਬੰਦੇ ਨੇਗੇ, ਇਹ ਜਿਹੜੇ ਆਗੂਆਂ 'ਤੇ ਆਹ ਬੈਠੇ ਨੇ, ਫੂਲ ਜੀ ਬੈਠੇ ਨੇਗੇ, ਆਪਣਾ ਡੱਲੇਵਾਲ ਸਾਹਿਬ ਚਲੇ ਗਏ, ਇਹ ਰਾਜਨੀਤਿਕ ਬੰਦੇ ਇੱਕ ਪ੍ਰੋਪੋਗੰਡਾ ਖੜਾ ਕਰਦੇ ਨੇ ਇਹਨਾਂ ਆਗੂਆਂ ਨੂੰ ਬਦਨਾਮ ਕਰਨ ਦੇ ਲਈ, ਇਹ ਸਾਡੇ ਬਜ਼ੁਰਗਾਂ ਨੂੰ ਬਦਨਾਮ ਕਰਨ ਦੇ ਲਈ। ਇਹਨਾਂ ਨੇ ਮੋਦੀ ਦੀ ਧੌਣ 'ਚੋਂ ਕਿੱਲਾ ਕੱਢਤਾ, ਹੁਣ ਫਿਰ ਜਿਹੜੀ ਸੈਂਟਰ ਸਰਕਾਰ 'ਚ ਝੁਕਾਈ ਪਈ ਹੈ, ਇਹਨਾਂ ਨੂੰ ਇਹ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਕਹਿੰਦਾ ਜਿੰਨੀਆਂ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇਗੀਆਂ, ਜਿੰਨੀਆਂ ਵੀ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਮਜ਼ਦੂਰ ਜਥੇਬੰਦੀਆਂ ਦਾ ਧੰਨਵਾਦ ਕਰਦਾ, ਮੈਂ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦਾ, ਉਸ ਪੰਜਾਬ ਦੇ ਇਕੱਲੇ ਇਕੱਲੇ ਲੋਕ ਦਾ, ਮਾਵਾਂ ਦਾ, ਭੈਣਾਂ ਦਾ, ਨੌਜਵਾਨਾਂ ਦਾ, ਬਾਹਰਲੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦਾ, ਮਜ਼ਦੂਰਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੜਾਈ ਜਿਹੜੀ ਕਿ ਮੇਰੇ ਹੱਕ ਦੇ ਵਿੱਚ ਲੜੀ ਅਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ। ਨਹੀਂ, ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਕੋਈ ਆਸ ਨਹੀਂ ਸੀ।
ਮੈਂ ਸਾਫ਼ ਇਹ ਗੱਲ ਕਹਿਣਾ, ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਜੇ ਸਾਡੇ ਆਗੂ ਨਾ ਲੜਦੇ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਰਚੀ ਜਿਹੜੀਆਂ ਦਰਖਾਸਤਾਂ ਤਿਆਰ ਕਰੀ ਖੜਾ, ਇੱਥੋਂ ਤੱਕ ਕੇ ਗੱਲ ਕਹੀ ਗਈ, ਇੱਥੋਂ ਤੱਕ ਸੀਐਮ ਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ, ਆਹ ਗੱਲ ਨੋਟ ਕਰ ਲਓ, ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਪਰਚੇ ਨੇ ਉਤਰੇ 'ਤੇ ਪਾਊਂਗਾ। ਦੱਸੋ ਬਾਈ, ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ, ਕੌਣ ਪੰਜਾਬ ਦਾ ਨੌਜਵਾਨ ਬੋਲੂ, ਕੌਣ ਲੋਕ ਬੋਲਣਗੇ? ਇੱਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਗਿਰ ਚੁੱਕਿਆ, ਇਹਨੂੰ ਕੋਈ ਹੱਕ ਨਹੀਂ ਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ 'ਤੇ ਜਿਹੜੀਆਂ ਝੂਠੀਆਂ ਗੱਲਾਂ ਕਰੇ, ਝੂਠਿਆਂ ਐਵੇਂ ਭਗਤ ਸਿੰਘ ਬਣਿਆ ਫਿਰਦਾ। ਭਗਵੰਤ ਮਾਨ ਆ, ਤੇਰੇ ਤੋਂ ਕਦੇ ਸਿਆਸਤ ਨਹੀਂ, ਤੇਰੇ ਤੋਂ ਕੋਈ ਮੈਂ ਕਹਿਣਾ ਗਿਰ ਨਹੀਂ ਸਕਦਾ। ਇੱਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਆ, ਉਹ ਇੰਨਾ ਉਹਨਾਂ ਨੇ ਡਰਾਇਆ, ਧਮਕਾਇਆ, ਜੋ ਕੁਛ ਮੇਰੇ ਨਾਲ ਕੀਤਾ, ਇਹ ਪਰਮਾਤਮਾ ਕਿਸੇ ਦੇ ਨਾਲ ਇਹੋ ਜਿਹਾ ਕੋਈ ਘਟਨਾ ਨਾ। ਬਿਲਕੁਲ 100% ਸੱਚ ਆ। ਮੈਂ ਕਹਿਣਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ, ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਆ, ਇਸ ਤੋਂ ਬਾਅਦ ਮੀਡੀਆ ਲੈ ਕੇ ਜਾਊਂ ਮੈਂ, ਜਿਹੜੀ CI ਦਾ ਡਿਵੀਜ਼ਨ CI 1 ਅਤੇ CI 2 ਨੇਗੇ, CI 2 ਦੇ ਵਿੱਚ ਮੈਂ ਲੈ ਕੇ ਜਾਊਂਗਾ, ਮੈਂ ਇਕੱਲੇ ਇਕੱਲੇ ਨੂੰ ਦਿਖਾਊਂਗਾ ਵੀ ਆਹ ਬੰਦਿਆਂ ਨਾਲ ਮੇਰੇ ਜਿਹੜੀਆਂ ਭਾਣੇ ਦੀਆਂ ਵੀਡੀਓ ਬਣਾਈਆਂ ਗਈਆਂ ਨੰਗਾ ਕਰਕੇ ਕੁੱਟ ਕੇ ਪਾਣੀ ਪਾ ਕੇ ਕਿ ਮੁੱਖ ਮੰਤਰੀ ਤੋਂ ਮਾਫ਼ੀ ਮੰਗ, ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ। ਜਿਹੜੇ ਵੀ CI 1 ਜਾਂ 2 ਦੇ ਅਧਿਕਾਰੀ ਨੇ ਲੁਧਿਆਣੇ ਦੇ, ਉਹਨਾਂ ਦੇ ਮੋਬਾਈਲਾਂ ਦੇ ਵਿੱਚੋਂ ਰਿਕਾਰਡ ਡਾਟਾ ਤਾਂ ਪਿਆ ਹੋਣਾ, ਜੇ ਡਿਲੀਟ ਵੀ ਕਰ ਦੇਣਗੇ ਤਾਂ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ। ਇਹ ਬਹੁਤ ਵੱਡਾ ਘਾਣ ਆ ਮਨੁੱਖੀ ਅਧਿਕਾਰਾਂ ਦਾ, ਹੱਤਿਆ ਇੱਕ ਤਰ੍ਹਾਂ ਦੀ, ਜੋ ਮੁੱਖ ਮੰਤਰੀ ਨੇ ਕਰਾਈ ਆ। ਜਿਵੇਂ ਭਾਂਦੇ ਨੇ ਕਿਹਾ, ਹੁਣ ਭਾਂਦੇ ਨੇ ਕਿਸੇ ਉੱਥੇ ACP ਨੂੰ, DCP ਨੂੰ ਜਾਂ CP ਨੂੰ ਜਿਹਨੂੰ ਮਰਜ਼ੀ ਕਹਿਤਾ, SSP ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਇਹਦੀ ਵੀਡੀਓ ਬਣਾ ਕੇ ਭੇਜੋ, ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋਈ ਜਵਾਬ ਦੇ ਦੇ, ਤਾਂ ਸਿੱਧੇ ਰੂਪ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ। ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ, ਉਹ ਨੌਜਵਾਨ, ਉਹ ਨੌਜਵਾਨ ਜਿਹੜਾ ਕਦੇ ਭਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ, ਤਾਂ ਉਸੇ ਬੰਦੇ ਨੂੰ ਥਾਣੇ ਦੇ ਵਿੱਚ CI ਦੇ ਵਿੱਚ ਤੂੰ ਨੰਗਾ ਕਰਾ ਕੇ, ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ, ਵੀ ਦੱਸ ਵੀਡੀਓ ਕਾਲ ਵਾਲੀ, ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ, ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ, ਵੀਡੀਓ ਬਣਾ ਬੋਲ ਜਾਂ ਪਰਸਨਲ। ਯਾਰ ਗੱਲ ਸੁਣੋ, ਸਰੀਰਕ ਅੰਗਾਂ 'ਤੇ ਇਹੋ ਜਿਹਾ ਕੁਛ ਕਰਕੇ ਮਜ਼ਾਕ ਕਰਨ ਦੀ ਕੀ ਆਦਤ ਹੈ? ਕੀ ਇਹੋ ਜਿਹਾ ਹਰਕਤ, ਇਹੋ ਜਿਹੀ ਹਰਕਤ ਕਰ ਰਿਹਾ? 307 ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਹੈ, 307 ਦਾ ਪਰਚਾ ਮੇਰੀ ਭੈਣ 'ਤੇ ਪਾਤਾ, ਤਾਂ ਧੰਨਵਾਦ ਇਹਨਾਂ ਆਗੂਆਂ ਦਾ, ਇਸ ਤੋਂ ਵੱਡਾ ਕੀ ਸਬੂਤ ਹੋਊਗਾ? 307 ਤੋਂ ਵੱਡਾ ਤਾਂ ਕੋਈ ਸਬੂਤ ਨਹੀਂ, ਭੈਣਾਂ ਮੇਰੀਆਂ ਸਕੂਲ ਦੇ ਵਿੱਚ ਨੇ, ਕਹਿੰਦੇ ਫੜ ਕੇ ਪਰਚਾ ਪਾਤਾ, ਚੈਨੀ ਚੋਰ ਬਣਾਤਾ ਮੈਨੂੰ, 379 ਵੀ ਲਾਤੀ, ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ, ਇਸ ਤੋਂ ਵੱਡੀ ਘਟਨਾ ਕੀ ਹੋਊਗੀ? ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ, ਬੰਦਾ ਅਣਖ ਅਤੇ ਇੱਜ਼ਤ ਨਾਲ ਜਿਉਣਾ ਚਾਹੁੰਦਾ, ਸਵੈ ਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ, ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈ ਮਾਨ 'ਤੇ ਕੋਈ ਸੱਟ ਨਾ ਵੱਜੇ, ਮੇਰੀ ਇੱਜ਼ਤ ਅਣਖ 'ਤੇ ਜਦੋਂ ਬੰਦੇ 'ਤੇ ਗੱਲ ਆਉਂਦੀ ਨਾ, ਤਾਂ ਬੰਦਾ ਮਰਨ ਮਾਰਨ 'ਤੇ ਤਾਰੂ ਹੋ ਜਾਂਦਾ। ਇੱਕ ਬੰਦੇ ਨੂੰ ਨੰਗਾ ਕਰਕੇ ਕੁੱਟ ਕੇ ਰੀਲ ਕਰਕੇ ਉਹਦੀ ਵੀਡੀਓ ਬਣਾ ਕੇ ਉਹਦੀ ਵੀਡੀਓ ਕਾਲਾਂ 'ਤੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਹੈ, ਐਦੂ ਵੱਡਾ ਜਬਰ ਅਤੇ ਜ਼ੁਲਮ ਅਤੇ ਆਪਣਾ ਕੀ ਹੋ ਸਕਦਾ? ਕੋਈ ਉਹੀ 80-90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਹਾਂ, ਜਿਹਦੇ ਬਾਰੇ ਗੱਲ ਸੁਣਦੇ ਆ ਰਹੇ, 80-90 ਸਾਡੇ ਨੌਜਵਾਨਾਂ ਨਾਲ, ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਸ਼ਦਰ ਥਾਣਿਆਂ 'ਚ CI ਸਟਾਫਾਂ ਦੇ ਵਿੱਚ, ਉਹੀ ਦੁਬਾਰਾ ਦੁਹਰਾਇਆ ਗਿਆ। ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਇਹਦਾ ਨੋਟਿਸ ਲੈਂਦਾ ਅਤੇ ਕੀ ਇਹ ਗੱਲ। ਅਸੀਂ ਇਹਦੇ ਲਈ ਹਾਈਕੋਰਟ ਵੀ ਜਾਵਾਂਗੇ, ਇੱਥੇ ਨਹੀਂ ਖੜਨਾ ਇਹ ਮਸਲਾ ਲੈ ਕੇ। ਜਿੰਨੇ ਵੀ CI ਸਟਾਫ ਦੇ ਅਧਿਕਾਰੀ ਹੈ, ਚਾਹੇ ਉਹ ਕਮਿਸ਼ਨਰ ਹੈ ਲੁਧਿਆਣੇ ਪੁਲਿਸ ਦਾ, ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਣੇ ਨਾਲ ਉੱਥੇ ਅਣਮਨੁੱਖੀ ਤਸ਼ੱਦਦ ਹੋਇਆ। ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ, ਮੁਕੱਦਮੇ ਜਿਹੜੇ ਦਰਜ ਹੋਏ ਭਾਣੇ ਦੇ ਉੱਤੇ, ਲੁਧਿਆਣੇ ਮੁਕੱਦਮਾ ਦਰਜ ਹੋਇਆ, ਪਟਿਆਲੇ ਮੁਕੱਦਮਾ ਦਰਜ ਹੋਇਆ, ਹੋਰ ਮੁਕੱਦਮਾ ਦਰਜ ਹੋਇਆ, ਮੋਹਾਲੀ ਮੁਕੱਦਮਾ ਦਰਜ ਹੋਇਆ, ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ, ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ, ਇਹ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਆ ਚੁੱਕੀਆਂ ਨੇ। ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦਿਆਂਗੇ ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ
ਜਿਹੜੀ ਗੱਲ ਜਿਹੜੀ ਰੇੜਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ ਜਿਹੜੇ ਕਹਿੰਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ ਅਤੇ ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂਗੇ ਜੇ ਅਸੀਂ ਦੋਸ਼ੀ ਹੋਵਾਂਗੇ, ਜੇ ਅਸੀਂ ਗੁਨਾਹ ਕੀਤਾ ਹੋਊ ਅਸੀਂ ਚੈਨੀਆਂ ਭਾਨੇ ਨੇ ਖੋਹੀਆਂ ਹੋਣਗੀਆਂ, ਫਰੋਤੀਆਂ ਮੰਗੀਆਂ ਹੋਣਗੀਆਂ, ਤਾਂ ਅਸੀਂ ਜ਼ਮਾਨਤ ਕਰਾਵਾਂਗੇ, ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ। ਇਸ ਲਈ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਆ, ਤੁਸੀਂ ਲੈ ਸਕਦੇ ਹੋ। ਇਹ ਪਰਚੇ ਡਿਸਚਾਰਜ ਹੋ ਚੁੱਕੇ, ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੌਲੇ ਭਾਨੇ ਦੀਆਂ ਦੋਨੇ ਭੈਣਾਂ 'ਤੇ, ਬਾਪੂ 'ਤੇ, ਭਰਾ 'ਤੇ, ਮੇਰੇ 'ਤੇ, ਸਾਰੇ ਹੋਰ ਵੱਖ ਵੱਖ ਜਿਹੜੇ ਯੂਟਿਊਬਾਂ 'ਚ ਲਾਉਂਦੇ ਆ ਉਹਨਾਂ 'ਤੇ 18 ਬੰਦਿਆਂ ਦੇ ਮੁਕੱਦਮਾ ਦਰਜ ਸੀ, ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ। ਹਵੋਰ ਦੇ ਮੁਕੱਦਮੇ ਦੀ ਰਿਪੋਰਟ ਹੈ, ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ, ਲੁਧਿਆਣੇ ਦੇ ਮੁਕੱਦਮੇ, ਸਾਰੀਆਂ ਰਿਪੋਰਟਾਂ ਸਾਡੇ ਕੋਲ ਤੁਸੀਂ ਲੈ ਸਕਦੇ ਹੋ। ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੇ। ਇੱਕ ਗੱਲ ਹੋਰ ਮੈਂ ਜਿਹੜੀ ਖਾਸ ਇੱਥੇ ਕਹਿਣਾ ਚਾਹੁੰਦਾ, ਦੇਖੋ ਇਹਨਾਂ ਦੇ ਤਕੜਮਬਾਜ਼ੀਆਂ ਕੀ ਹੁੰਦੀਆਂ, ਕਿਵੇਂ ਪੈਂਤੜੇ ਖੇਡਦੇ ਆ। ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ, ਜਿੱਦੇ ਹਾਈਵੇ ਜਾਮ ਹੋਇਆ, ਸ਼ੁਰੂ ਦੇ ਵਿੱਚ ਅਸੀਂ 300-400 ਜਾਣਾ ਅੱਗੇ ਸੀਗੇ ਲੱਗੇ ਹੋਏ, ਅਤੇ ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ, ਪੁਲਿਸ ਪ੍ਰਸ਼ਾਸਨ ਪਾਸੇ ਲਿਜਾ ਕੇ ਜਦੋਂ ਮੈਨੂੰ ਕੀ ਕਹਿੰਦਾ, ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ, ਤੂੰ ਰਿਟੇਨ ਹੋ ਜਾ, ਤੂੰ ਨਜ਼ਰਬੰਦ ਹੋ ਜਾ, ਇਹਨਾਂ ਨੂੰ ਤਾਂ ਡਾਂਗਾ ਮਾਰ ਕੇ ਭਜਾ ਦਿਆਂਗੇ। ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ, ਇਹ ਪੰਜਾਬ ਦੇ ਲੋਕ, ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵੀ ਹਿੱਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ, ਇਹ ਲੋਕ ਆਏ ਨੇ ਸੱਚਾਈ ਲਈ, ਜ਼ਬਰ ਦੇ ਖਿਲਾਫ, ਜੋ ਤਸ਼ੱਦਦ ਹੋਇਆ, ਜੋ ਆਵਾਜ਼, ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ, ਜਵਾਨਬੰਦੀ ਤੁਸੀਂ ਤਾਂ ਕਹਿੰਦੇ ਮੋਦੀ ਕਰ ਰਿਹਾ, ਮੋਦੀ ਜਿਵੇਂ ਦੱਬ ਰਿਹਾ ਨਾ ਜਵਾਨਾਂ ਨੂੰ, ਆਵਾਜ਼ਾਂ ਨੂੰ ਜੇਲ੍ਹਾਂ 'ਚ, UAPA NSA ਲਾ ਕੇ, ਉਹੀ ਕੰਮ ਭਵੰਤ ਨੇ ਸ਼ੁਰੂ ਕੀਤਾ ਪੰਜਾਬ ਦੇ ਵਿੱਚ। ਇਹ ਸਾਰੀ ਪੰਜਾਬ ਦੀ ਜ਼ਬਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਏ ਆ, ਇਹ ਆਏ ਆ ਉਹ ਜਵਾਨਬੰਦੀ ਦੇ ਖਿਲਾਫ ਆਏ ਆ। ਮੈਂ ਕਿਹਾ ਸੀ ਉਹਨਾਂ 'ਚੋਂ ਨਹੀਂ ਵੀ ਚੁੱਪ ਕਰਕੇ ਨਜ਼ਰਬੰਦ ਹੋ ਜਾਵਾਂਗੇ, ਤਾਂ ਉਹ ਮੈਨੂੰ ADGP ਸੀਗਾ ਉੱਥੇ ਢਿੱਲੋਂ ਕਹਿੰਦਾ ਜੀ ਆਗੂ ਐਂ ਕਰਦੇ ਹੁੰਦੇ ਆ, ਰਿਟੇਨ ਹੋ ਜਾਂਦੇ ਹੁੰਦੇ ਆ। ਮੈਂ ਕਿਹਾ ਇਹ ਕੰਮ ਇਹ ਹੋਰ ਕਰਦੇ ਹੋਣੇ, ਅਸੀਂ ਰਿਟੇਨ ਨਹੀਂ ਹੋਣਾ, ਸਾਡੇ ਬਰਾਬਰ ਡਾਂਗਾ ਮਾਰੋ, ਪਰਚੇ ਪਾ ਦਿਓ, ਚੱਕ ਕੇ ਜੇਲ੍ਹ ਸਿੱਟ ਦਿਓ, ਅਸੀਂ ਇਹਨਾਂ ਨਾਲ ਆਏ ਹਾਂ, ਇਹ ਸਾਡੇ ਨਾਲ ਆਏ ਆ, ਇਹਨਾਂ ਨਾਲ ਹੀ ਕਿਤੇ ਜਾਵਾਂਗੇ ਹਿੱਲਾਂਗੇ। ਦੂਜੇ ਪਾਸੇ ਕੀ ਕੀਤਾ, ਸੁਣਨ ਵਾਲੀ ਗੱਲ ਹੈ, ਉਹੀ ਪੁਲਿਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ, ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਲਓ, ਇਹਨਾਂ ਡਾਂਗਾ ਮਾਰ ਦਿਓ। ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ, ਅਸਪਾਲਾਂ ਤੋਂ ਆ ਮੁੰਡਾ, ਅਸਪਾਲ ਕਲਾਂ ਤੋਂ, ਉਹਨੇ ਮੈਨੂੰ ਦੱਸਿਆ ਕਹਿੰਦਾ ਬਾਈ ਜਦੋਂ ਅਸੀਂ ਉੱਥੇ ਗਏ ਨਾ, ਇੱਕ SP ਆ ਗਿਆ, SP ਕਹਿਣ ਲੱਗਿਆ ਕਿ ਯਾਰ ਤੂੰ ਭਾਨੇ ਮਗਰ ਤੁਰੇ ਫਿਰਦੇ ਹੋ, ਭਾਨੇ ਨੇ ਤਾਂ 3 ਲੱਖ ਰੁਪਈਆ ਕਿਸੇ ਬੰਦੇ ਦਾ ਮੜਵਾਇਆ ਸੀ, 2,90,000 ਰੁਪਈਆ, 2 ਲੱਖ ਉਹਨਾਂ ਨੂੰ ਦੇਤਾ, 90,000 ਭਾਨਾ ਖਾ ਗਿਆ, ਤੁਸੀਂ ਚੋਰ ਬੰਦਿਆਂ ਮਗਰ ਤੁਰੇ ਫਿਰਦੇ ਹੋ। ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ, ਕਿਵੇਂ ਇਕੱਲੇ ਇਕੱਲੇ ਨੂੰ ਨਖੇੜਦੇ ਨੇ, ਕਿਵੇਂ ਪ੍ਰਾਪੇਗੰਡਾ, ਕਿਵੇਂ ਪ੍ਰਚਾਰ। ਹੁਣ ਪ੍ਰਾਪੇਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ, ਇਹ ਮਿੱਥ ਕੇ ਝੰਡੇ ਨਾ ਚਲਾਇਆ ਕਰੋ, ਇਹ ਸਾਜਿਸ਼ਾਂ ਦੇ ਤਹਿਤ ਝੰਡੇ ਨਾ ਚਲਾਓ। ਕੁਛ ਬੰਦਿਆਂ ਨੇ ਵੀ ਚਲਾਏ, ਲੱਖਾਂ ਕੱਲਾ ਕਿਵੇਂ ਪਹੁੰਚ ਗਿਆ ਜੀ, ਆਹ ਸੁਰਜੀਤ ਫੂਲ ਬੈਠਾ ਪੁੱਛ ਲਓ ਕਿਵੇਂ ਪਹੁੰਚ ਗਿਆ, ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ, ਕਾਕਾ ਕੋਲਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ, ਸਭਰਾਂ ਸਾਹਿਬ ਉੱਥੋਂ ਮਾਝਾ ਸੰਘਰਸ਼ ਕਮੇਟੀ ਵਾਲੇ ਮਾਝੇ ਤੋਂ ਚੱਲ ਕੇ ਅੰਬਰਸਰ ਤੋਂ, ਉਹ ਵੀ ਮਿਲ ਕੇ ਪਹੁੰਚ ਗਏ, ਜਸਵਿੰਦਰ ਲੌਂਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਵਾਲਾ ਪ੍ਰਧਾਨ, ਉਹ ਵੀ ਮਿਲ ਕੇ ਪਹੁੰਚ ਗਿਆ। ਸੋ ਕਈ ਬੰਦਿਆਂ ਨੇ ਅਤੇ ਕਈ ਅਖੌਤੀ ਪੱਤਰਕਾਰਾਂ ਨੇ ਮਿਲ ਕੇ ਏਜੰਡਾ ਚਲਾਇਆ, ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਦ ਬਣ ਕੇ ਏਜੰਡੇ ਚਲਾਏ। ਇਹ ਉੱਥੇ ਕਿਵੇਂ ਪਹੁੰਚ ਗਏ, ਇਹਨਾਂ ਦੀ ਮਿਲੀ ਭੁਗਤ ਹੈ, ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ, ਛੁੱਟੀਆਂ ਜੀ, ਫਲਾਨਾ ਜੀ, ਧਮਕਾਨਾ ਜੀ, ਹੁਣ ਕੋਈ ਨਵਾਂ ਏਜੰਡਾ ਲੱਭਣਗੇ। ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਇਹ ਗੱਲਾਂ ਚੰਗੀਆਂ ਨਹੀਂ, ਅਸੀਂ ਪੰਜਾਬ ਲਈ ਲੜਦੇ ਹਾਂ, ਪੰਜਾਬ ਲਈ ਲੜਦੇ ਮਰਦੇ ਹੀ ਨਿਕਰੇ ਨਜ਼ਰ ਆਵਾਂਗੇ। ਇਹ ਸਾਜਿਸ਼ਾਂ ਚੰਗੀਆਂ ਨਹੀਂ, ਪੰਜਾਬ ਦੇ ਉੱਤੇ ਹਮਲੇ ਬਹੁਤ ਭਾਰੂ ਹੋ ਰਹੇ ਆ। ਸਾਡੇ ਖੜ੍ਹੇ ਕਿਸਾਨ 13 ਨੂੰ ਜਾਣਾ, ਕੱਲ੍ਹ ਨੂੰ ਜਾਣਾ ਦਿੱਲੀ ਨੂੰ, ਉਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਆ ਗਈਆਂ, ਕਿਵੇਂ ਤੁਹਾਡੀ ਕਿਸਾਨੀ, ਤੁਹਾਡੀਆਂ ਜ਼ਮੀਨਾਂ, ਤੁਹਾਡੀਆਂ ਮਜ਼ਦੂਰੀਆਂ, ਤੁਹਾਡੇ ਰੁਜ਼ਗਾਰ, ਤੁਹਾਡੀਆਂ ਨੌਕਰੀਆਂ, ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਹੈ। ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਅਤੇ ਤੁਸੀਂ ਆਪਣੇ ਲੱਤਾਂ ਖਿੱਚੀ ਜਾਂਦੇ ਹੁੰਦੇ ਹੋ।
ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ, ਮੈਂ ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ, ਪੱਤਰਕਾਰ ਤਾਂ ਇਹ ਨਹੀਂ ਹੁੰਦੀ, ਮੈਂ ਬੈਠਾ ਤੁਸੀਂ ਸਾਰੇ ਬੈਠੇ ਹੋ, ਜਿਹੜਾ ਮਰਜ਼ੀ ਹਿੱਕ ਠੋਕ ਕੇ ਸਵਾਲ ਪੁੱਛੋ ਹਿੱਕ ਠੋਕ ਕੇ ਜਵਾਬ ਦੇਊਂਗਾ, ਅੱਖ ਚੱਕ ਪਾ ਕੇ ਜਵਾਬ ਦੇਊਂਗਾ। ਇਹ ਏਜੰਡੇ ਚਲਾਉਣੇ ਬੰਦ ਕਰ ਦਿਓ, ਆਪਦਿਆਂ ਦੇ ਖਿਲਾਫ਼ ਸਾਜ਼ਿਸ਼ਾਂ ਘੜਨੀਆਂ ਬੰਦ ਕਰ ਦਿਓ, ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ, ਇਹੀ ਬੇਨਤੀ ਆ। ਅਗਲੀ ਗੱਲ ਰਣਨੀਤੀ ਜਿਹੜੀ ਹੈਗੀ ਹੈ, ਜੋ ਵੀ ਹੋਊਗੀ ਆਉਣਲੇ ਸਮੇਂ 'ਚ, ਮੈਂ ਫਿਰ ਕਹਿੰਦਾ ਜੋ ਭਾਨੇ ਨੇ ਕਿਹਾ, ਇਹ ਨਹੀਂ ਪਤਾ ਕੱਲ੍ਹ ਨੂੰ ਕੋਈ ਪਰਚਾ ਹੋਰ ਚੱਕ ਕੇ ਦੇ ਦੇਣਗੇ, ਪਰ ਕੋਈ ਗੱਲ ਨਹੀਂ, ਭਾਂਸਿਆਂ ਜਿੰਨਾ ਤੇਰਾ ਜ਼ੋਰ ਲਾਦਾ ਅੱਡੀ ਚੋਟੀ ਦਾ ਲਾ ਦੇ, ਜਿੰਨੇ ਬੰਦੇ ਸਿੱਟਣੇ ਸਿੱਟ ਲਾ, ਪਰ ਇਹ ਆਵਾਜ਼ਾਂ ਪੰਜਾਬ 'ਚੋਂ ਬੰਦ ਨਹੀਂ ਹੋਣਗੀਆਂ, ਜਵਾਨਬੰਦੀ ਨਹੀਂ ਹੋਣੀ। ਇਸ ਤੋਂ ਬਾਅਦ ਮੈਂ ਜਿਹੜਾ ਇਹ ਪਹਿਲਾਂ ਗੱਲ ਭਾਂਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਵਿਅਕਤੀ ਦਾ ਮਾਮਲਾ ਨਹੀਂ, ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟਰੈਵਲਿੰਗ ਏਜੰਟ ਵਾਲਾ ਹੈਗਾ, ਮਾਮਲਾ ਵੱਡਾ ਹੈ। ਜਦੋਂ 29 ਤਰੀਕ ਨੂੰ ਇੱਥੇ ਕੋਰਟ ਦੋਨੇ ਇਕੱਠ ਕਰਨ ਦਾ ਦਿੱਤਾ ਪ੍ਰੋਗਰਾਮ, ਅਸੀਂ ਆਪਦੀ ਜਥੇਬੰਦੀ ਵੱਲੋਂ ਇੱਕ ਦਿਨ ਪਹਿਲਾਂ 28 ਨੂੰ ਹੀ ਅਸੀਂ ਕਹਿਤਾ ਸੀਗਾ ਵੀ ਯਾਰ ਜਿੱਡਾ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਘਾਣ ਹੋ ਰਿਹਾ, ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ, 29 ਨੂੰ ਤਾਂ ਆਪਾਂ ਜਾਣੇ ਜਾਣਾ, 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕਰ ਦਿਓ, ਤਾਂ ਕਿ ਬੱਚੇ ਬੱਚੇ ਨੂੰ ਪਤਾ ਲੱਗ ਜਾਵੇ ਵੀ ਕੱਲ੍ਹ ਨੂੰ 29 ਨੂੰ ਕੀ ਹੋ ਰਿਹਾ। ਚੱਲ ਜਦੋਂ ਅਸੀਂ ਉਹ ਦੇਤੀ, ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਇੱਕ ਵੀਡੀਓ ਪਾ ਤੀ, ਤੁਰੰਤ ਸਾਨੂੰ ਘੱਟੋ ਘੱਟ 10 ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਫੋਨ ਆਏ ਵੀ ਤੁਸੀਂ ਕਿਸਾਨਾਂ ਦੀ ਖਾਤਰ ਲੜਨਾ, ਤੁਸੀਂ ਭਾਨੇ ਸਿੱਧੂ ਤੋਂ ਕੀ ਲੈਣਾ, ਉਹ ਤਾਂ ਉਹਨੂੰ ਤਾਂ ਉਹਦੀ ਬੋਲੀ ਨਹੀਂ ਠੀਕ, ਉਹਨੂੰ ਬੋਲਣਾ ਨਹੀਂ ਆਉਂਦਾ, ਉਹਦੀ ਭਾਸ਼ਾ ਨਹੀਂ ਠੀਕ, ਸਭਿਕ ਨਹੀਂ ਉਹਦੀ ਭਾਸ਼ਾ, ਉਹਦੇ ਰਫ ਭਾਸ਼ਾ ਹੈਗੀ ਹੈ। ਮਤਲਬ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟੋਲ ਪਲਾਜ਼ੇ ਬੰਦ ਕਰਨ ਵਾਲਾ ਵੀ ਪਿੱਛ ਵਾਪਸ ਕਰੋ। ਅਸੀਂ ਉਹਨਾਂ ਨੂੰ ਇਹੀ ਜਵਾਬ ਦਿੱਤਾ ਬਈ ਇਹ ਜਿਹੜਾ ਮਾਮਲਾ ਹੈਗਾ ਬਾਜ ਬੰਦ ਕਰਾਉਣ ਦਾ ਮਾਮਲਾ, ਇਹ ਅਸੀਂ ਕੋਈ ਜਾਤੀ ਸਾਡੇ ਨਾਲ ਉਹਦੇ ਨਾਲ ਕੋਈ ਉਹਦਾ ਵਿਰੋਧ ਵੀ ਹੋ ਸਕਦੇ ਆ ਭਾਨੇ ਨਾਲ, ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਮਾਮਲਾ ਹੈਗਾ। ਅੱਜ ਉਹਦੀ ਆਵਾਜ਼ ਦਬਾ ਰਹੇ ਹੋ ਤੁਸੀਂ, ਉਹਦੇ 'ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹੋ, 3rd degree ਟਾਰਚਰ ਕਰ ਰਹੇ ਹੋ ਤੁਸੀਂ ਇਹ, ਅਤੇ ਕੱਲ੍ਹ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ 'ਤੇ ਕਿਉਂ ਨਾ ਹੋਊਗਾ। ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ, ਉਹ ਕਹਿੰਦੇ ਇਹ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਵੀ ਉਹ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜਿਹੀ ਰਫ ਭਾਸ਼ਾ ਨਹੀਂ ਬੋਲੂਗਾ, ਤਾਂ ਅਸੀਂ ਠੋਕ ਕੇ ਕਿਹਾ ਬਈ ਉਹ ਨੌਜਵਾਨ ਹੈ ਜਿਹੜੇ ਦੇ ਦਰਦ ਹੈ ਜਿਹੜਾ ਉਹ ਪੋਲਿਟਿਕਸ 'ਤੇ ਤੁਹਾਡੀ 'ਤੇ ਅਟੈਕ ਕਰ ਰਿਹਾ, ਤੁਹਾਡੀ ਜਿਹੜੀ ਇਹ ਭ੍ਰਿਸ਼ਟ ਗੰਧਲੀ ਰਾਜਨੀਤੀ ਆ ਜਿਹੜੀ ਤੁਹਾਡੀ ਪੰਜਾਬ ਦੀ ਜਾਂ ਜਿਹੜੀਆਂ ਵੀ ਪਾਰਟੀਆਂ ਦੀ ਉਹ ਰਾਜਨੀਤੀ ਦੇ ਅਟੈਕ ਹੈ, ਉਹਦਾ ਵਿਅਕਤੀਗਤ ਕਿਸੇ 'ਤੇ ਅਟੈਕ ਨਹੀਂ। ਚੱਲ ਨਾ ਲਏ ਤਾਂ ਹੁਣ ਜੇ ਭਗਵੰਤ ਮਾਨ ਦਾ ਨਾਂ ਲਏ ਤਾਂ ਬਤੌਰ ਮੁੱਖ ਮੰਤਰੀ ਦੇ ਤੌਰ 'ਤੇ ਨਾਂ ਲਿਆ, ਨਾ ਕਿ ਉਹਦਾ ਕੋਈ ਨਿੱਜੀ ਤੌਰ 'ਤੇ। ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਓ ਵੀ ਜਦੋਂ ਭਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ, ਕਹਿੰਦੇ ਸੀ ਨਾ ਆਪਣੇ ਲੱਖੇ ਵੀ ਇਹਦੀ ਜ਼ਿੰਮੇਵਾਰੀ ਲਓ। ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ ਪਹਿਲੀ ਗੱਲ ਤਾਂ ਮੈਂ ਆਖਿਆ ਵੀ ਉਹ ਸੁਲਝਿਆ ਹੋਇਆ, ਇੰਨਾ ਰੜ ਗਿਆ, ਇਕੱਲਾ ਪੜ੍ਹ ਹੀ ਨਹੀਂ ਗਿਆ, ਹੁਣ ਤਾਂ ਰੜ ਗਿਆ ਇੰਨੇ ਸਾਲਾਂ 'ਚ, ਉਹ ਯਾਰ ਮੂਰਖ ਹੈ, ਉਹ ਪਾਗਲ ਹੈ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ, ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ, ਪੜਚੋਲ ਵੀ ਕਰੂਗਾ, ਜੋ ਵੀ ਲੋਕਾਂ ਨਾਲ ਹੁੰਦੀ ਉਹਦੇ ਨਾਲ ਹੋਈ ਉਹ ਦੱਸੂਗਾ, ਪਰ ਸਭਿਕ ਭਾਸ਼ਾ 'ਚ ਦੱਸੂਗਾ। ਹੁਣ ਤੁਸੀਂ ਸੁਣ ਲਿਆ ਇਹਦੇ 'ਚ ਕਿਹੜੀ ਗਾਲ ਹੈ, ਇਹਦੇ ਵਿੱਚ ਕੋਈ ਕਹਿ ਸਕਦੇ ਹੋ ਵੀ ਨੌਨ ਪਾਰਲੀਮੈਂਟ ਹੈ ਇਹ ਜਾਂ ਨੌਨ ਸਭਿਕ ਹੈਗੀ ਹੈ ਇਹ। ਸੋ ਇਸ ਕਰਕੇ ਇਹ ਬਿਲਕੁਲ ਅਸੀਂ ਠੋਕ ਕੇ ਉਹਨਾਂ ਨੂੰ ਕਿਹਾ ਜਵਾਬ ਤਾਂ ਕੈਂਸਲ ਕਰਾਉਂਦੇ ਸੀਗੇ। ਉਦੋਂ ਬਾਅਦ ਫਿਰ ਜਦੋਂ ਆਹ 3 ਤਰੀਕ ਦਾ ਪ੍ਰੋਗਰਾਮ ਸੀਗਾ, ਉਦੋਂ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਥਾ ਤੁਰਿਆ 150 ਗੱਡੀ, ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ 4 ਥਾਵਾਂ 'ਤੇ ਧੱਕੇ ਧੱਕ ਧੱਕ ਕੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ, ਬਾਹਲੀ ਨਹੀਂ ਕਹਿਣਾ ਚਾਹੁੰਦਾ, ਉਹ ਮੈਂ ਪਿੱਛੇ ਸਟੇਜ 'ਤੇ ਕਹਿ ਆਇਆ ਬਈ ਜਿਹੜੀ ਇਹਨੇ ਭਾਨੇ ਸਿੱਧੂ ਨੂੰ ਕਿਹਾ ਵੀ ਇਹ ਹਜੇ ਟਿਕਣਗੇ ਨਹੀਂ, ਇਹ ਕੱਲ੍ਹ ਨੂੰ ਹੋਰ ਬਦਲੇ ਦੀ ਭਾਵਨਾ ਦੇ ਤਹਿਤ ਨਵੇਂ ਪਰਚੇ ਪਾਉਣਗੇ। ਮੈਨੂੰ ਤਾਂ ਲੱਗਦਾ ਵੀ ਅਸਲ ਵਿੱਚ ਉਹ ਲੰਘ ਗਿਆ ਸਮਾਂ, ਹੁਣ ਇਹ ਸ਼ੁਰੂ ਹੋ ਗਿਆ ਸੀਗਾ, 3 ਪੈ ਗਿਆ, ਫਿਰ 4 ਪੈ ਗਿਆ, ਜਿੱਦੇ ਆਪਾਂ 29 ਵਾਲਾ ਇਕੱਠ ਕੀਤਾ ਉਸੇ ਦਿਨ ਹੀ ਇੱਕ ਹੋਰ ਪੈ ਗਿਆ ਅਬੋਹਰ ਵਾਲਾ, ਉਹ ਬ੍ਰੇਕ ਲੱਗ ਗਈ ਉਹਦੀ। ਅਤੇ ਪਰ ਇੱਕ ਗੱਲ ਹੈਗੀ ਹੈ, ਮੰਨ ਕੇ ਹੀ ਕਰ ਲਓ ਵੀ ਜੇ ਇਹੋ ਜਿਹੀ ਬਦਲੇ ਵਾਲੀ ਭਾਵਨਾ ਦੇ ਤਹਿਤ ਉਹ ਕੋਈ ਨਵਾਂ ਕਾਰਵਾਈ ਕਰਦੇ ਆ, ਪਰਚਾ ਪਾਉਂਦੇ ਆ,
ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ, ਬਿਲਕੁਲ ਐਂ ਮੂੰਹ ਦੀ ਖਾਣੀ ਪਊਗੀ। ਪੰਜਾਬ ਦਾ ਜਿਹੜਾ ਨੌਜਵਾਨ ਹੈ, ਪੰਜਾਬ ਦੇ ਕਿਸਾਨ ਹੈ, ਕ੍ਰਾਂਤੀਕਾਰੀ ਕਿਸਾਨ ਜਥੇਬੰਦੀਆਂ ਸਾਰੀਆਂ ਡਟ ਕੇ ਖੜ੍ਹਣਗੀਆਂ। ਕੋਈ ਕਿਸੇ ਨਾਲ ਨਾ ਭਾਨੇ ਸਿੱਧੂ ਦੇ ਨਾਲ, ਨਾ ਕਿਸੇ ਨਾਲ ਹੋਰ ਨਾਲ, ਭਾਵੇਂ ਸਾਡਾ ਵਿਰੋਧੀ ਵੀ ਹੋਵੇ, ਜੇ ਉਹਦੇ ਜਮਹੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡਟ ਕੇ ਖੜ੍ਹਾਂਗੇ। ਇੱਕ ਮਿੰਟ, ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹੁੰਦਾ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਵੀ ਜਿਹੜਾ ਇਹ ਮੇਰੇ ਨਾਲ ਹੁਣ ਸਾਡੇ ਨਾਲ ਘਟਨਾਵਾਂ ਮੇਰੇ ਨਾਲ ਵਾਪਰਨੀਆਂ ਨੇ, ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ, ਮੈਂ ਜੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ, ਤੁਸੀਂ ਪਿਛਲੇ ਸਮੇਂ ਦੇ ਵਿੱਚ, ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਮੈਂ ਇਹ ਜਦੋਂ ਤੋਂ ਹੁਣ ਮੈਂ ਇੱਧਰ ਨੂੰ ਤੁਰਿਆ, ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਉ ਜਿਹਦੇ ਵਿੱਚ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿਣਾ, ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਅਟੁੱਟ ਵਿਸ਼ਵਾਸ ਹੈ। ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ, SSP ਨੂੰ ਵੀ ਕਹਿਣਾ ਚਾਹੁੰਦਾ, ਮੈਨੂੰ ਇਹ ਗੱਲ ਦੱਸ ਦਿਓ, ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ, ਮੈਂ ਗਲਤ ਕੀ ਕੀਤਾ? ਮੈਨੂੰ ਆ ਕੇ ਮੇਰੇ 'ਤੇ ਪ੍ਰਭਾਵ ਕਿਉਂ ਪਾ ਰਹੇ? ਤੁਹਾਡੀ ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂਗੀ? ਸੋਚ ਬਦਲਣ ਦੀ ਗੱਲ ਆ। ਹੁਣ ਇੱਕ IPS ਅਫਸਰ ਹੈ, ਕਿੰਨਾ ਪੜ੍ਹ ਕੇ ਬਣਦਾ? ਇੱਕ DSP ਉਹ ਕਿੰਨਾ ਪੜ੍ਹ ਕੇ ਲੱਗਦਾ? ਅਸੀਂ ਕਦੋਂ ਇਹਨਾਂ ਦੀ, ਕਦੋਂ ਤੱਕ ਇਹਨਾਂ ਦੇ ਮੁੱਠੀਆਂ ਬਣੇ ਰਹਾਂਗੇ? ਮੈਂ ਇਹ ਗੱਲ ਕਹਿਣਾ ਚਾਹੁੰਦਾ, ਇਹ ਗੱਲ ਮੈਂ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ, ਅਫਸਰਾਂ ਨੂੰ ਤੁਸੀਂ, ਆਪਾਂ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ। ਇੰਨੀ ਕੁ ਬੇਨਤੀ ਆ, ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹਿਣਾ ਹੋਣਾ, ਝੋਲੀ ਅੱਡ ਕੇ ਮੈਂ ਇਹੀ ਗੱਲ ਕਹਿਣਾ ਵੀ ਭਾਨਾ ਸਿੱਧੂ ਕਦੇ ਵਿਕੂਗਾ ਨਹੀਂ, ਕਦੇ ਝੁਕੂਗਾ ਨਹੀਂ। ਇਹ ਜਿਹੜਾ ਤਸਾਦਤ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀ ਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਐਵੇਂ ਜਿਹੀ ਕੋਈ ਸਾਥ ਤੁਹਾਡੇ ਭਰਾ ਦੇ ਨਾਲ ਰੱਖਿਓ। ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੁਝ ਜਿਹੜਾ ਤਿਆਰ ਕਰੀ ਬੈਠਣਗੇ, ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ, ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ। ਇਹ ਵੀ ਮੈਂ ਤੁਹਾਨੂੰ ਗੱਲ ਦੱਸਦਾ, ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ, ਜੋ ਕੁਛ ਬੋਲਿਆ, ਇਹ ਤਾਂ ਮੈਨੂੰ ਖਮਿਆਜਾ ਪਤਾ ਨਹੀਂ ਕਿਹੜਾ ਕਿਹੜਾ ਭੁਗਤਣਾ ਪੈਣਾ। ਇਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ, ਅਤੇ ਮੈਂ ਡਰਿਆ ਨਹੀਂ, ਮੈਂ ਘਬਰਾਇਆ ਨਹੀਂ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੱਸੂਗਾ ਵੀ, ਇਹ ਸਮਾਂ ਦੱਸੂਗਾ ਵੀ ਮੈਂ ਤੁਹਾਡੇ ਲਈ ਬੋਲ ਪਿਆ ਤੇ ਤੁਸੀਂ ਕਿੰਨਾ ਕੁ, ਜਿਵੇਂ ਹੁਣ ਖੜੇ ਹੋ ਤਾਂ ਐਵੇਂ ਜ਼ਰੂਰ ਫਿਰ ਖੜੇ। ਟਾਈਫਾਇਡ ਬਿਲਕੁਲ ਆਇਆ ਜੀ, ਟਾਈਫਾਇਡ ਦੀਆਂ ਰਿਪੋਰਟਾਂ ਤਾਂ ਹੁਣ ਵੀ ਪਈਆਂ ਨੇਗੀਆਂ ਮੇਰੇ ਕੋਲ। ਬਸ ਜਿਹੋ ਜਿਹਾ ਹੁੰਦਾ ਉਹ ਮਿਲ ਜਾਂਦਾ ਜੀ। ਉਹ ਯਾਰ ਮੈਡੀਕਲ ਦੇ ਵਿੱਚ, ਕਿਸੇ ਨੂੰ ਮੈਂ ਹੋਰ ਗੱਲ ਦੱਸਦਾ, ਜਿਹੜਾ ਪਾਣੀ ਵਾਲਾ ਤਸਾਦਤ ਆ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ। ਡਾਕਟਰ ਕੀ ਦੇਖਦਾ? ਡਾਕਟਰ ਦਿਖਾਓ ਜੀ ਨਿਸ਼ਾਨ ਕਿੱਥੇ ਪਏ ਨੇਗੇ। ਜਿਹੜਾ ਪਾਣੀ ਵਾਲਾ, ਜਿਹੜਾ ਇਹ ਬਹੁਤ ਭੈੜਾ ਟੋਰਚਰ ਆ ਜਿਹੜਾ ਇਹ ਹੋਇਆ, ਇਹ ਜਿਹੜਾ ਟੋਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ। ਹਾਂ, ਲੁਧਿਆਣੇ ਹੋਇਆ ਤੇ ਜਲੀਲ ਤਾਂ ਹਰ ਇੱਕ ਥਾਂ ਤੇ ਕੀਤਾ ਹੀ ਗਿਆ। ਦੇਖੋ ਜੀ, ਇਕੱਲਾ NSA ਨਹੀਂ, ਅੰਮ੍ਰਿਤਪਾਲ ਵਾਲਾ ਵਰਤਾਰਾ ਹੋਇਆ, ਆਪਣਾ ਸਿੱਧੂ ਮੂਸੇ ਵਾਲੇ ਵਾਲਾ ਆਇਆ। ਅਸੀਂ ਜਿੱਥੇ ਵੀ ਕੋਈ ਨੌਜਵਾਨ ਵਰਗ 'ਤੇ ਜਾਂ NSA ਹੈ ਜਾਂ UAPA ਹੈ, ਮੇਰੇ 'ਤੇ UAPA ਲਾਇਆ ਸੀਗਾ, ਹੋਰ ਪੰਜਾਬ ਦੇ ਬਹੁਤ ਨੌਜਵਾਨਾਂ 'ਤੇ UAPA ਲੱਗਿਆ। ਅਸੀਂ ਹਰ ਜਿਹੜਾ ਇਹ ਪੋਲੀਟੀਕਲ ਆਧਾਰ 'ਤੇ ਕਿਸੇ ਦੇ 'ਤੇ, ਭਾਵੇਂ ਸਾਡਾ ਪੋਲੀਟੀਕਲ ਵਿਰੋਧੀ ਵੀ ਹੋਵੇ, ਜੇ ਸਿਆਸੀ ਆਧਾਰ 'ਤੇ ਕਿਸੇ 'ਤੇ NSA ਲੱਗਦਾ, UAPA ਲੱਗਦਾ, ਕੋਈ ਹੋਰ ਝੂਠਾ ਕੇਸ ਪੈਂਦਾ, ਤਾਂ ਇਹ ਸਾਰਿਆਂ ਦਾ ਇਹ ਮਨੁੱਖੀ ਫਰਜ਼ ਯਾਦ ਫਰਜ਼ ਹੈ। ਅਸੀਂ ਕੋਈ ਸਾਨ ਨਹੀਂ ਕਰਦੇ, ਜਮਹੂਰੀ ਫਰਜ਼ ਹੈ, ਅਸੀਂ ਡਟ ਕੇ ਉਹਨਾਂ 'ਤੇ, ਜੇ NSA ਵੀ ਲੱਗਿਆ ਹੋਇਆ ਕਿਸੇ 'ਤੇ, ਬੰਦੀ ਸਿੰਘਾਂ ਦੀ ਰਿਹਾਈ 'ਤੇ ਅਸੀਂ ਜਥੇ ਭੇਜੇ ਹੈ, ਹਵਾਰੇ ਵਰਗਿਆਂ ਦੀ ਰਿਹਾਈ ਦੀ ਖਾਤਰ ਸਾਰਿਆਂ 'ਤੇ ਅਸੀਂ ਪਹਿਲਾਂ ਵੀ ਬੋਲਦੇ ਰਹੇ ਹਾਂ, ਗਾਹਾਂ ਨੂੰ ਵੀ ਬੋਲਾਂਗੇ। ਚਲੋ, ਨਾ ਤਾਂ ਅਸੀਂ ਮੇਰਾ ਲੈਣਾ ਨਹੀਂ, ਲੋਕਾਂ ਨੂੰ ਵੀ ਪਤਾ ਹੀ ਆ ਉਹ ਪੱਤਰਕਾਰਾਂ ਨੇ ਕਿਹੜਿਆਂ ਨੇ ਏਜੰਡੇ ਚਲਾਏ। ਮੈਂ ਇਹੀ ਬੇਨਤੀ ਕਰਦਾ, ਤੁਸੀਂ ਸਾਰੇ ਪੱਤਰਕਾਰ ਖੜ੍ਹੇ ਹੋ, ਕਰੋ ਠੋਕ ਕੇ ਸਵਾਲ, ਮੈਂ ਜਵਾਬ ਦਿੰਦਾ, ਜਿਹੜਾ ਮਰਜ਼ੀ ਕਰੋ। ਮੈਂ ਕਦੇ ਭੱਜਿਆ? ਪਰ ਯਾਰ ਇਹ ਗੱਲਾਂ ਨਾ ਚੰਗੀਆਂ ਨਹੀਂ। ਆਪਾਂ ਪੰਜਾਬ ਲਈ ਤੁਸੀਂ ਵੀ ਲੜ ਰਹੇ ਹੋ, ਅਸੀਂ ਵੀ ਲੜ ਰਹੇ ਹੋ, ਪੀੜਿਤ ਦਾ ਪੱਤਰਕਾਰ ਵੀ ਨੇ। ਪੱਤਰਕਾਰਾਂ ਨਾਲ ਕੀ ਨਹੀਂ ਹੋਇਆ? ਪਰਚੇ ਦਰਜ ਕਰੇ, ਚੈਨਲ ਖਤਮ ਕਰਤੇ, ਕੀ ਕੁਛ ਨਹੀਂ ਕੀਤਾ ਗਿਆ ਪੱਤਰਕਾਰਾਂ ਨੂੰ। ਮੈਂ ਇਹ ਬੇਨਤੀ ਕਰਦਾ ਤੁਹਾਨੂੰ ਹੱਥ ਬੰਨ ਕੇ ਵੀ ਮੈਂ ਪੰਜਾਬ ਦਾ ਦੁਖੀ ਨਹੀਂ ਹਾਂ, ਮੇਰੇ 'ਚ ਵੀ ਦਰਦ ਆ, ਮੈਂ ਤਾਂ ਲੜਦਾ ਫਿਰਦਾ ਯਾਰ, ਵੀ ਇਹ ਨਹੀਂ ਚਾਹੀਦੀਆਂ ਗੱਲਾਂ। ਮੈਂ ਇੱਕੋ ਬੇਨਤੀ ਕੀਤੀ ਵੀ 10 ਤਰੀਕ ਦਾ ਉਡੀਕ ਲਓ, ਫਿਰ ਚਲਾ ਲਓ ਜਿਹੜਾ ਚਲਾਉਣਾ। ਉਦੋਂ ਪਹਿਲਾਂ ਹੀ ਚੱਕ ਤਾਂ ਕੰਮ ਕਰਤਾ ਸ਼ੁਰੂ, ਲੱਖੇ ਨੇ ਐਂ ਕਰਤਾ, ਲੱਖਾ ਕਿਵੇਂ ਪਹੁੰਚ ਗਿਆ? ਜੇ ਲੱਖਾ 1 ਤਰੀਕ ਨੂੰ ਘਰੇ ਨਜ਼ਰਬੰਦ ਕਰ ਲਿਆ ਤਾਂ ਲੱਖੇ ਦੇ ਉਹਦੇ ਖਿਲਾਫ਼ ਵੀ ਇਹ ਪੁਲਿਸ ਨਾਲ ਮਿਲੀ ਭੁਗਤ ਕਰਕੇ, ਸਰਕਾਰ ਨਾਲ ਮਿਲੀ ਭੁਗਤ ਕਰਕੇ ਬੰਦ ਹੋ ਗਿਆ। ਜੇ ਲੱਖਾ ਕਿਸੇ ਤਰੀਕੇ ਨਾਲ ਬਚ ਬਚਾ ਕੇ 3 ਨੂੰ ਮੋਰਚੇ ਦੇ ਅੱਗੇ ਪਹੁੰਚ ਗਿਆ ਤਾਂ ਇਹ ਮਿਲ ਕੇ ਪਹੁੰਚ ਗਿਆ। ਕੇਸ ਪਾਤਾ ਖੜਾ ਛੱਡੋ ਯਾਰ।
ਇਕੱਲੇ ਦੀ ਐਂਟਰੀ ਕਿਵੇਂ ਹੋਗੀ? ਮੈਂ ਬਾਰ ਬਾਰ ਬੇਨਤੀ ਕਰਦਾ ਵੀ ਸੁਰਜੀਤ ਫੂਲ ਵਰਗੇ ਸੁਰਜੀਤ ਨੂੰ ਲੜਦੇ ਨੂੰ 40 ਸਾਲ ਜ਼ਿੰਦਗੀ ਨਿਗਾਤੀ, ਕਦੇ ਬੰਦਾ ਬਿਗ ਜੂ ਸਰਕਾਰ ਨਾਲ ਸਮਝੌਤਾ ਕਰ ਲੂ, ਕਾਕਾ ਕੋਟਲਾ ਕਰ ਲੂ, ਸਭਰਾਂ ਕਰ ਲੂ, ਲੌਂਗੋਵਾਲ ਕਰ ਲੂ, ਇਹ ਬੰਦੇ ਕਿ ਫਿਰ ਇਹ ਵੀ ਮਿਲ ਕੇ ਪਹੁੰਚ ਗਏ ਵੀ ਕਦੋਂ ਭਾਂਤ ਨਾਲ ਇੱਕ ਗੱਲ ਆ ਇਹਨਾਂ ਦੀ ਤਾਂ ਮਿਲ ਕੇ ਪਹੁੰਚ ਗਏ। ਸੋ ਮੇਰਾ ਵੀਰ ਤੁਹਾਨੂੰ ਬੇਨਤੀ ਇਹ ਆ, ਇਹਦਾ ਦੇਖੋ ਜਿਹੜੇ ਤਰੀਕੇ ਦਾ ਹਮਲਾ ਹੋ ਰਿਹਾ, ਜਿਵੇਂ ਹਮਲਾ ਸੈਂਟਰ ਨੇ ਕਰਨਾ, ਮੋਦੀ ਦਾ ਪਾਰਲੀਮੈਂਟ ਦਾ ਬਿਆਨ ਸੁਣ ਲਓ ਕੀ ਹੈ। ਉਹ ਕਹਿੰਦਾ 24 ਵਾਲਾ ਸਾਡਾ ਅਗਲਾ ਸੈਸ਼ਨ ਵੱਡੇ ਫੈਸਲੇ ਲੈਣ ਦਾ ਸੈਸ਼ਨ ਆ। ਹੁਣ ਵੱਡੇ ਫੈਸਲੇ ਕੀ ਆ? ਅਗਲਿਆਂ ਨੇ ਤਖ਼ਤ ਹਜ਼ੂਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ, ਸੰਪੂਰਨ ਤੌਰ ਦੇ ਉੱਤੇ ਸਰਕਾਰ ਦੇ ਪ੍ਰਬੰਧ ਹੇਠ ਆ ਗਏ ਸਾਡੇ ਗੁਰੂ ਘਰਾਂ ਦੇ ਪ੍ਰਬੰਧ। ਪਟਨਾ ਸਾਹਿਬ ਵੀ, ਹਜ਼ੂਰ ਸਾਹਿਬ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਰਿਆਣਾ ਵੀ, ਸ਼੍ਰੋਮਣੀ ਕਮੇਟੀ ਦਿੱਲੀ ਵੀ, ਸਿੱਧੇ ਰੂਪ ਸਰਕਾਰ ਦੇ ਹੱਥਾਂ 'ਚ ਆ ਗਿਆ ਇਹ ਪ੍ਰਬੰਧ। ਅਤੇ ਸਿੱਧੇ ਰੂਪ ਦੇ ਵਿੱਚ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪੰਜਾਬ ਦੀ ਅੰਮ੍ਰਿਤਸਰ, ਉਹ ਵੀ ਅਧੀਨ ਆ ਗਈ। ਉਹ ਐਂ ਤਰੀਕੇ ਨਾਲ ਕਬਜ਼ੇ ਕਰੀ ਤੁਰੇ ਆਉਂਦੇ ਆ। ਚੰਡੀਗੜ੍ਹ ਦੇ ਵਿੱਚੋਂ 80% ਚੰਡੀਗੜ੍ਹ ਦੇ ਵਿੱਚੋਂ ਡਿਊਟੀ ਦਾ ਇਹਨਾਂ ਨੇ ਕਰਤਾ ਵੀ 60-40 ਰੇਸ਼ੋ ਖਤਮ ਕਰਤੀ ਪੰਜਾਬ ਹਰਿਆਣੇ ਦੀ। ਡੈਮਾਂ ਦੇ ਪ੍ਰਬੰਧ ਸਾਡੇ ਖੋਲੇ, ਪਾਣੀ ਸਾਡੇ ਖੋਲੇ, ਬੋਲੀ ਸਾਡੀ ਮਾਰੀ ਜਾਂਦੀ ਹੈ। ਨਿਊ ਐਜੂਕੇਸ਼ਨ ਪਾਲਿਸੀ ਆਈ ਹੈ, ਆਪਾਂ ਪੱਤਰਕਾਰਾਂ ਨੂੰ ਮੈਂ ਬੇਨਤੀ ਕਰਦਾ, ਲੋਕਾਂ ਨੂੰ ਬੇਨਤੀ ਕਰਦਾ ਵੀ ਨਿਊ ਐਜੂਕੇਸ਼ਨ ਪਾਲਿਸੀ ਦੇ ਉੱਤੇ, ਨਿਊ ਵਰਲਡ ਆਰਡਰ ਦੇ ਉੱਤੇ ਅਸੀਂ ਕਿਉਂ ਨਹੀਂ ਲੋਕਾਂ ਨੂੰ ਜਾ ਕੇ ਦੱਸਦੇ ਵੀ ਭਾਈ ਇਹ ਖਤਰਨਾਕ ਨੀਤੀਆਂ ਨੇ, ਤੁਹਾਡੀ ਬੋਲੀ ਮਾਰੀ ਜਾਂ ਤੁਹਾਡਾ ਇਤਿਹਾਸ ਮਾਰਿਆ ਜਾਣਾ? ਮੈਂ ਤਾਂ ਦੱਸ ਰਿਹਾ, ਮੇਰੀ ਯਾਤਰਾ ਜਾ ਰਹੀ ਹੈ ਪਿੰਡਾਂ 'ਚ 14 ਤਰੀਕ ਤੋਂ ਲੈ ਕੇ ਤੁਰੇ ਹੋਏ ਹਾਂ। ਮੇਰਾ ਸਾਰਾ ਏਜੰਡਾ ਹੀ, ਮੇਰਾ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਹੈ ਵੀ ਤੁਹਾਡੀ ਬੋਲੀ, ਤੁਹਾਡਾ ਇਤਿਹਾਸ, ਤੁਹਾਡਾ ਰੁਜ਼ਗਾਰ, ਤੁਹਾਡੀਆਂ ਜ਼ਮੀਨਾਂ, ਤੁਹਾਡੇ ਪਾਣੀ, ਸਾਰੀਆਂ ਚੀਜ਼ਾਂ ਨੂੰ ਖੋਣ ਨੂੰ ਫਿਰਦੇ, ਦੱਬਣ ਨੂੰ ਫਿਰਦੇ, ਮਾਰਨ ਨੂੰ ਫਿਰਦੇ ਆ। ਮੈਂ ਤਾਂ ਲੋਕਾਂ ਨੂੰ ਜਾ ਕੇ ਦੱਸ ਰਿਹਾ, ਮੇਰੀ ਹੱਥ ਬੰਨ੍ਹ ਕੇ ਬੇਨਤੀ ਆ, ਏਜੰਡੇ ਮੇਰੇ ਖਿਲਾਫ਼, ਜਿੱਦੇ ਮੇਰੇ ਵਰਗਾ ਮਰ ਜਾਂਦਾ ਫਿਰ ਉਸਦੇ ਕਹਿੰਦਾ ਬੰਦਾ ਚੰਗਾ ਸੀ, ਉਦੋਂ ਪਹਿਲਾਂ ਸਟੇਟ ਦਾ ਬੰਦਾ ਹੈ, ਏਜੰਸੀ ਦਾ ਬੰਦਾ ਹੈ, ਇਹ ਫਲਾਣੇ ਭਵੰਤ ਦਾ ਬੰਦਾ ਹੈ, ਇਹ ਕਿਸੇ ਬਾਦਲ ਦਾ ਬੰਦਾ ਹੈ, ਇਹ ਕਿਸੇ ਕਾਂਗਰਸ ਦਾ ਬੰਦਾ ਹੈ, ਇਹ ਛੱਡ ਦਿਓ। ਅਸਲ ਮੈਂ ਤੁਹਾਨੂੰ ਗੱਲ ਦੱਸਦਾ, ਇੱਕੋ ਹੀ ਮਿੰਟ ਲੈਣਾ ਹੀਰ, ਸਰਕਾਰ ਦਾ, ਸਟੇਟ ਦਾ, ਏਜੰਸੀਆਂ ਦਾ ਇੱਕੋ ਗੱਲ 'ਤੇ ਜ਼ੋਰ ਲੱਗਦਾ ਹੈ ਵੀ ਜਿਹੜੀਆਂ ਧਿਰਾਂ ਆਪਣੇ ਲੋਕਾਂ ਖਾਤਰ ਲੜ ਰਹੀਆਂ ਨੇ, ਆਪਣੇ ਲੋਕਾਂ ਲਈ ਆਵਾਜ਼ ਬੁਲੰਦ ਕਰਦੀਆਂ ਨੇ, ਆਪਣੇ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਪਾਉਂਦੀਆਂ ਨੇ, ਉਹਨਾਂ ਨੂੰ ਲੋਕਾਂ ਦੇ ਵਿੱਚੋਂ ਅਲੱਗ ਥਲੱਗ ਕਿਵੇਂ ਕਰਨਾ, ਨਿਖੇੜਨਾ ਕਿਵੇਂ ਆ, ਉਹਨਾਂ ਖਿਲਾਫ਼ ਵਰਤਾਂਤ ਨੈਰੇਟਿਵ ਕਿਵੇਂ ਸਿਰਜਣਾ, ਉਹਨਾਂ ਖਿਲਾਫ਼ ਪ੍ਰੋਪੇਗੰਡਾ ਕਿਵੇਂ ਕਰਨਾ, ਇਹ ਸਾਰਾ ਉਹਦਾ ਹਿੱਸਾ ਹੈ। ਕਈ ਜਾਣੇ ਜਾਣੇ ਦੇ ਵਿੱਚ ਵੀ ਉਹ ਹਿੱਸੇ ਦਾ ਟੂਲ ਬਣ ਜਾਂਦੇ ਨੇ ਅਤੇ ਕਈ ਮਿੱਥ ਕੇ ਉਹਨਾਂ ਨਾਲ ਰਲ ਕੇ ਚਲਾਉਂਦੇ ਨੇ ਏਜੰਡਾ। ਹੁਣ ਇਸ ਵੇਲੇ ਕੀ ਹੋ ਰਿਹਾ, ਬਹੁਤਿਆਂ ਦਾ ਜ਼ੋਰ ਇਹ ਲੱਗਿਆ ਪਿਆ ਵੀ 13 ਨੂੰ ਜੀ ਫਲਾਣੇ ਦਾ ਦਿੱਲੀ ਜਾ ਨਹੀਂ ਰਹੇ, ਫਲਾਣੇ ਜਾ ਰਹੇ ਹੈ, ਪਾੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਜੇ ਇਹੀ ਭਵੰਤ ਕਹਿੰਦਾ ਹੁੰਦਾ ਸੀ ਕਿਸਾਨਾਂ ਨੂੰ ਇੱਕ ਬੰਦਾ ਨਹੀਂ ਲੱਭਣਾ ਜੀ ਧਰਨਿਆਂ ਦੀ ਖਾਤਰ, ਅਤੇ ਹੁਣ ਉਹੀ ਭਵੰਤ ਸਾਲਸੀ ਬਣਿਆ ਬੈਠਾ, ਵਿਚੋਲਾ ਬਣਿਆ ਬੈਠਾ, ਕੇਂਦਰ ਨਾਲ ਮੀਟਿੰਗ ਕਰਾਉਂਦਾ ਫਿਰਦਾ। ਜਾਣੇ ਲਗਾਤਾਰ ਤੁਹਾਡੇ ਲੋਕਾਂ ਨੂੰ ਤੁਹਾਡੇ 'ਚ ਬਦਨਾਮ ਕਰਕੇ, ਤੁਹਾਡੇ ਜਿਹੜੀ ਅਗਵਾਈ ਕਰ ਰਹੇ ਲੋਕ ਹੈ ਜਦੋਂ ਉਹੀ ਖਦੜੇ ਗਏ, ਖਤਮ ਹੋ ਗਏ। ਹੁਣ ਪੂਰਾ ਜ਼ੋਰ ਲੱਗਿਆ ਪਿਆ ਜਿੰਨੇ ਸਰਕਾਰੀ ਬਕਾਊ ਮੀਡੀਆ ਚੈਨਲ ਆ, ਮੈਂ ਫਿਰ ਕਹੂੰਗਾ ਜਿੰਨੇ ਦਲਾਲ ਚੈਨਲ ਆ ਇਹਨਾਂ ਦੇ, ਉਹਨਾਂ ਦਾ ਵੀ ਇਹ ਤਾਂ ਨਹੀਂ ਜੀ, ਇਹ ਤਾਂ ਫਲਾਨੀ ਧਿਰ ਹੈ, ਇਹ ਗੈਰ ਰਾਜਨੀਤਿਕ ਧਿਰ ਹੈ, ਫਲਾਨਾ SKM ਨਹੀਂ ਜਾ ਰਿਹਾ, ਫਲਾਨਾ ਨਹੀਂ ਜਾ ਰਿਹਾ। ਪਰ ਮੈਂ ਕਹਿੰਦਾ ਇੱਥੇ ਜਿਹੜੇ ਵੀ ਜਾ ਰਹੇ ਨੇ ਉਹ ਆਪਣੀ ਖਾਤਰ ਜਾ ਰਹੇ ਆ ਦਿੱਲੀ, ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ, ਤੁਹਾਡੀ ਹੋਂਦ ਨੂੰ ਬਚਾਉਣ ਦੀ ਖਾਤਰ ਲੜਾਈ ਲੜ ਰਹੇ ਆ। ਇਹ ਸੋਚਣ ਦੀ ਲੋੜ ਹੈ, ਇਹ ਲਗਾਤਾਰ ਬਦਨਾਮ ਪ੍ਰਾਪੇ ਗੰਢਾ ਕਰਨਗੇ।